अज भी 25 तो लैके 26-27 मुल्क ऐसे आ जिहड़े इस्लामिक मुल्क ने गे ओह इज़राइल नूं मन्नदे नहीं कि दुनिया दे विच कोई इज़राइल नाम दा मुल्क हैगा आ। जे तुसी कब्जा कर लैंदे तां फिर तां गल ठीक सीगी, पर उल्टा हो गया, उन्हां ने कब्जा थोड़े ते कर लिया ते ओह हुण हो गया कि नहीं जी हुण इह छड्डण। कि एक जिहड़ी कौम सी जां कुछ लोक सी जिहड़े कि सदियां तों छित्तर भी खांदे आ रहे सी ਅਤੇ ਜਿਹੜਾ ਕਹਿ ਸਕਦੇ ਉਹਨਾਂ ਨੇ ਚੈਂਬਰਾਂ ਦੇ ਵਿੱਚ ਆਪਣੀ ਉਹ ਇੱਕ ਨਵੀਂ ਕਿਸਮ ਦੀ ਹੋਰ ਆਤਮ ਕਥਾ ਲਿਖੀ ਹੈ ਨਾ, ਸੋ ਉਹ ਦਰਦ ਵੀ ਹੰਢਾਇਆ ਅਤੇ ਉਹ ਤੋਂ ਬਾਅਦ ਉਹਨਾਂ ਨੇ ਇਹਦਾ ਹੱਲ ਤਕੜੇ ਹੋਣਾ ਅਤੇ ਜਿਹੜਾ ਕਹਿ ਸਕਦੇ ਮਿਲਟਰੀ ਪਾਵਰ ਦੇ ਵਿੱਚ ਆਪਾਂ ਨੂੰ ਸਟਰੋਂਗ ਦੇ ਰੂਪ ਦੇ ਵਿੱਚ ਜਦੋਂ ਕੱਢਿਆ ਅਤੇ ਉਹਦੇ ਜਿਹੜਾ ਹੈ ਕਿ ਉਲਟ ਪ੍ਰਪੇਖ ਦੇ ਵਿੱਚ ਜਿਹੜੀਆਂ ਚੀਜ਼ਾਂ ਜਿਹੜੀਆਂ ਨਿਕਲ ਕੇ ਆਈਆਂ। ਇਹ ਕੰਟਰੀ ਸੀ ਇਹ ਜਿੱਤਣ ਵਾਸਤੇ ਗਏ ਸੀਗੇ, ਠੀਕ ਆ। ਇਜ਼ਰਾਈਲ ਦਾ ਤਾਂ ਮਰਨ ਦਾ ਸੀਗਾ ਕਿ ਜੀਵਨ ਅਤੇ ਮਰਨ ਦਾ, ਕਿ ਜੇ ਅਸੀਂ ਹਾਰ ਗਏ ਤਾਂ ਸਾਡਾ ਫਿਰ ਉਸ ਤੋਂ ਬਾਅਦ ਜਿਹੜਾ 2500 ਸਾਲ ਬਾਅਦ ਸਾਡਾ ਸੁਪਨਾ ਪੂਰਾ ਹੋਇਆ ਆ ਉਹ ਖਤਮ ਆ। ਇੱਕ ਇੰਡੀਆ 'ਤੇ ਅਟੈਕ ਹੋਇਆ, ਪਾਕਿਸਤਾਨ ਨੇ ਕੀਤਾ 2008 ਦੇ ਵਿੱਚ ਬੰਬੇ ਅਟੈਕ। ਉਹਨਾਂ ਨੇ ਟਾਰਗੇਟ ਕੀਤਾ, ਇੱਕ ਤਾਂ ਕੀਤਾ ਤਾਜ ਹੋਟਲ ਕਿ ਅਮੀਰਾਂ ਨੂੰ ਟਾਰਗੇਟ ਕਰੀਏ ਕਿ ਸਾਡੀ ਗੱਲ ਗਾਹ ਤੱਕ ਜ਼ਿਆਦਾ ਜਾਊਗੀ। ਦੂਜਾ ਕਿਹਨੂੰ ਟਾਰਗੇਟ ਕੀਤਾ? ਜਿਊਜ਼ ਨੂੰ। ਐਨਜਡ ਪੰਜਾਬੀ ਨਿਊਜ਼ ਅਤੇ ਅਣਖੀਲਾ ਪੰਜਾਬ ਟੀਵੀ ਨਾਲ ਸਾਂਝ ਪਾ ਰਹੇ ਸਾਰੇ ਹੀ ਦਰਸ਼ਕਾਂ ਦਾ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਸਾਡੇ ਨਾਲ ਸਾਡੇ ਅੱਜ ਮਹਿਮਾਨ ਨੇ ਅਮਰਿੰਦਰ ਸਿੰਘ ਗਾਲਬ। ਸੋ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਖਾਸ ਤੌਰ ਦੇ ਉੱਤੇ ਮਿਡਲ ਈਸਟ ਦੇ ਇੱਕ ਮਸਲੇ ਬਾਬਤ ਜੋ ਇਜ਼ਰਾਈਲ ਵਰਸਿਸ ਫਿਲਸਤੀਨ ਦੇ ਵਿੱਚ ਚੱਲ ਰਿਹਾ। ਇਹ ਮਸਲੇ ਦੇ ਇਤਿਹਾਸਿਕ ਪ੍ਰਪੇਖ ਕੀ ਨੇ, ਕਿਹੜੀਆਂ ਉਹ ਤੰਦਾਂ ਨੇ ਵਰਤਮਾਨ ਦੇ ਵਿੱਚ ਕਿਵੇਂ ਜੁੜਦੀਆਂ ਨੇ, ਕਿਉਂਕਿ ਸਾਡੇ ਤੱਕ ਇਹ ਇਸ ਕਰਕੇ ਮਹੱਤਵਪੂਰਨ ਹੈ ਕਿਉਂਕਿ ਅਸੀਂ ਖੂਨ ਦੀਆਂ ਤਸਵੀਰਾਂ ਨਜ਼ਰ ਦੇਖਦੇ ਹਾਂ, ਅਸੀਂ ਬੱਚਿਆਂ ਦੀਆਂ ਤਸਵੀਰਾਂ ਦੇਖਦੇ ਹਾਂ, ਉਹ ਦਰਦ ਸਾਨੂੰ ਕਿਤੇ ਨਾ ਕਿਤੇ ਆਪਣਾ ਵੀ ਲੱਗਦਾ ਕਿ ਹਰ ਕੌਮ ਨੇ, ਹਰ ਮੁਲਕ ਨੇ, ਹਰ ਖਿੱਤੇ ਨੇ ਇਹ ਦੁੱਖ ਕਿਤੇ ਨਾ ਕਿਤੇ ਝੱਲਿਆ। ਪਰ ਜਿਹੜਾ ਇਹ ਖਿੱਤਾ ਹੈਗਾ ਖਾਸ ਤੌਰ 'ਤੇ ਇਜ਼ਰਾਈਲ ਅਤੇ ਫਲਸਤੀਨ ਦਾ, ਇਹ 1948 ਤੋਂ ਲੈ ਕੇ ਲਗਾਤਾਰ, ਹਾਲਾਂਕਿ ਉਹ ਤੋਂ ਪਹਿਲਾਂ ਵੀ, ਪਰ 1948 ਤੋਂ ਬਾਅਦ ਜ਼ਾਰਾ ਰੂਪ ਦੇ ਵਿੱਚ ਅਤੇ ਇੱਕ ਆਹਮੋ ਸਾਹਮਣੇ ਵਾਲੇ ਟਕਰਾਅ ਦੇ ਰੂਪ ਦੇ ਵਿੱਚ ਦੇਖਣ ਨੂੰ ਮਿਲਦਾ। ਬਹੁਤ ਸਾਰੇ ਲੋਕ ਇਹ ਵੀ ਸਵਾਲ ਕਰਦੇ ਨੇ ਕਿ ਉੱਥੇ ਇੱਟਾਂ ਰੋੜੇ ਹੀ ਕਿਉਂ ਚੱਲਦੇ ਨੇ, ਉੱਥੇ ਜਿਹੜੀ ਲੜਾਈ ਹੈ ਹੱਥਾਂ ਦੀ ਕਿਉਂ ਚੱਲਦੀ ਆ, ਜਾਂ ਜਦੋਂ ਮਜ਼ਾਇਲਾਂ ਜਾਂਦੀਆਂ ਨੇ ਤਾਂ ਉਸ ਮੌਕੇ ਉਸ ਸਿਸਟਮ ਦੀ ਗੱਲ ਹੁੰਦੀ ਹੈ ਕਿ ਕਿਵੇਂ ਉਹ ਰੋਕ ਲਿਆ ਜਾਂਦਾ। ਉਹਨੂੰ ਇੱਕ ਚਾਅ ਦੇ ਨਾਲ ਇੱਕ ਤਕਨੀਕ ਦੇ ਰੂਪ ਦੇ ਵਿੱਚ ਵੀ ਦੇਖਿਆ ਜਾਂਦਾ, ਪਰ ਉਹਦੇ ਪਿੱਛੇ ਇੱਕ ਬਹੁਤ ਵੱਡਾ ਦੁਖਾਂਤ ਆ। ਅਤੇ ਵਰਤਮਾਨ ਦੇ ਵਿੱਚ ਸਿਆਸੀ ਤੌਰ ਦੇ ਉੱਤੇ ਉਹਦੇ ਕੀ ਪਹਿਲੂ ਆ, ਇਹ 'ਤੇ ਗੱਲਬਾਤ ਕਰਾਂਗੇ। ਅਮਰਿੰਦਰ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਹਾਂ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੀ। ਅਮਰਿੰਦਰ, ਮੈਂ ਸਭ ਤੋਂ ਪਹਿਲਾਂ ਜਾਣਨਾ ਚਾਹੁੰਦਾ ਖਾਸ ਤੌਰ ਦੇ ਉੱਤੇ, ਕਿਉਂਕਿ ਤੁਸੀਂ ਹਿਸਟਰੀ ਦੇ ਹਾਲਾਂਕਿ ਵਿਦਿਆਰਥੀ ਤਾਂ ਵਾ ਹੋਰ ਕਿਸਮ ਦੇ, ਪਰ ਹਿਸਟਰੀ ਨੂੰ ਜਿਹੜਾ ਬੜਾ ਪਿਆਰ ਰੱਖਦੇ ਹਾਂ, ਬੜੇ ਮੁਹੱਬਤ ਦੇ ਨਾਲ ਇਹਨੂੰ ਪੜ੍ਹਦੇ ਹਾਂ, ਉਹ ਚੀਜ਼ਾਂ ਨੂੰ ਗੌਰ ਨਾਲ ਦੇਖਦੇ ਹਾਂ। ਸੋ ਮੈਂ ਜਿਹੜਾ ਅੱਜ ਦਾ ਇਹ ਆ, ਇਹਨੂੰ ਕਿਹਾ ਜਾ ਰਿਹਾ ਕਿ 7 ਸਾਲਾਂ ਬਾਅਦ ਇਹ ਹੁਣ ਤੱਕ ਦੀ ਜਿਹੜੀ ਕਹਿੰਦੇ ਵੀ ਇਹ ਖੂਨੀ ਜਿਹੜੀ ਲੜਾਈ ਆ ਜਾਂ ਵੱਡੀ ਉਹ ਰੂਪ ਧਾਰਨ ਕਰ ਗਏ। 7 ਸਾਲ ਤੋਂ ਉੱਥੇ ਇੱਕ ਪੀਸਫੁੱਲ ਜਿਹੜਾ ਐਟਮੋਸਫੀਅਰ ਸੀਗਾ। ਸੋ ਇਹਦੀ ਸਾਰੀ ਪਿਛਲੀ ਜਿਹੜੀ ਤੰਦ ਆ, ਜਿਹੜੀ ਤੈਅ ਹੈਗੀ, ਉਹਦੇ ਬਾਰੇ ਪਹਿਲਾਂ ਸਾਡੇ ਦਰਸ਼ਕਾਂ ਨੂੰ ਜ਼ਰੂਰ। ਜਿਹੜਾ ਇਸ ਵੇਲੇ ਪ੍ਰੋਬਲਮ ਆਈ ਹੋਈ ਹੈ ਨਾ, ਉਹ ਸ਼ੇਖ ਜਗ੍ਹਾ ਜਿਹੜੀ ਇੱਕ ਛੋਟਾ ਜਿਹਾ ਇਲਾਕਾ ਆ ਉੱਥੋਂ ਦੀ ਆ, ਜਿਹੜਾ ਕਿ ਇਸਲਾਮ ਦੀ ਜਿਹੜੀ ਸਭ ਤੋਂ ਤੀਜੀ ਵੱਡੀ ਮਸਜਿਦ ਆ, ਯਾਨੀ ਕਿ ਮੱਕਾ ਮਦੀਨਾ ਤੋਂ ਬਾਅਦ ਜਿਹੜੀ ਮੰਨੀ ਜਾਂਦੀ ਆ, ਉਹਨੂੰ ਕਹਿੰਦੇ ਆ ਉਹ ਕਿ ਮਸਜਿਦ ਅਕਸਾ। ਉਹਦੇ ਨੇੜੇ ਦੇ ਇਲਾਕੇ ਜਿਹੜੇ ਨੇਗੇ ਉਹ ਜਿਹੜਾ ਛੋਟਾ ਜਿਹਾ ਇਲਾਕਾ, ਭਾਵ ਕਿ ਉਹ ਇੰਨਾ ਵੱਡਾ ਨਹੀਂ ਹੈਗਾ ਜਿੰਨੇ ਕਿ ਆਪਣੇ ਇੱਥੇ ਕਲੋਨੀਆਂ ਹੁੰਦੀਆਂ ਨੇ, 2-3 ਜਿਹੜੀਆਂ ਸਟਰੀਟਸ ਨੂੰ ਮਿਲਾ ਕੇ ਉਹ ਇੱਕ ਕਲੋਨੀ ਸਮਝ ਲੈਂਦੇ ਕਿ ਇੱਕ ਕਲੋਨੀ ਆ। ਉਹ ਜਿਹੜੀ ਸ਼ੇਖ ਜ਼ਰਾ ਆ ਉਹ ਉੱਥੇ 1860 ਤੋਂ ਲੈ ਕੇ 1875 ਤੱਕ ਜਿਹੜੇ ਜਿਊਸ ਸੀਗੇ ਉਹ ਉੱਥੇ ਰਹਿੰਦੇ ਰਹੇ, ਠੀਕ ਹੈ। ਇਹ ਤੁਸੀਂ ਇਹ ਉਦੋਂ ਦੇਖੋ ਕਿ 1860 ਤੇ ਉਸ ਵੇਲੇ ਓਟੋਮਨ ਅੰਪਾਇਰ ਸੀ, ਜਿਹੜਾ ਸਾਰਾ ਏਰੀਆ ਓਟੋਮਨ ਅੰਪਾਇਰ ਦਾ ਸੀਗਾ, ਉਸ ਵੇਲੇ ਕਿਸੇ ਹੋਰ ਕੋਲ ਨਹੀਂ ਸੀ ਹੈਗਾ ਉਹ, ਤੇ ਉਹਨਾਂ ਦੇ ਉਹਨਾਂ ਨੇ ਉਹ ਜ਼ਮੀਨ ਖਰੀਦੀ। ਪਹਿਲਾਂ ਆਪਾਂ ਇਹ ਵੀ ਦੱਸ ਦਈਏ ਕਿ ਜਿਹੜਾ ਕਿ ਇਬਰਾਹਿਮਿਕ ਧਰਮ ਦੇ ਵਿੱਚ ਜਿਹੜਾ ਕਹਿ ਸਕਦੇ ਜੇਰੂਸ਼ਲਮ ਦੀ ਇੰਪੋਰਟੈਂਸ ਕੀ ਹੈ, ਕਿਉਂਕਿ ਇਹ ਤਿੰਨੇ ਥੋੜਾ, ਕਿਉਂਕਿ ਉਹ ਪਤਾ ਲੱਗ ਜਾਣਾ ਚਾਹੀਦਾ ਅਰਬ ਦੇ ਵਿੱਚ ਵੀ ਜਿਊਸ ਕੀ ਕਰਦੇ, ਕ੍ਰਿਸਚਨ ਵੀ ਉੱਥੇ ਜਿਹੜੇ ਹਾਜ਼ਰ ਸੀ। ਜਿਹੜਾ ਇਹਨਾਂ ਤਿੰਨਾਂ ਦਾ ਆਪਾਂ ਇੱਕ ਤਾਂ ਜਿਊਸ ਦਾ ਇਸ ਕਰਕੇ ਗੱਲ ਕਰਦਾ ਕਿ ਉਹਨਾਂ ਜੇਰੂਸ਼ਲਮ ਦਾ ਉਹਨਾਂ ਦਾ ਜਿਹੜਾ ਸਭ ਤੋਂ ਮੇਨ ਮੰਦਰ ਆ ਉਹ ਉੱਥੇ ਆ ਜੀ। ਉਹ ਉਹਨਾਂ ਦਾ ਮੰਨਣਾ ਹੈ ਕਿ ਉਹ ਜਗ੍ਹਾ ਆ ਜਿੱਥੇ ਉਹਨਾਂ ਦਾ ਜਿਹੜੇ ਦੁਬਾਰਾ ਯਾਨੀ ਕਿ ਜਿਹੜੀ ਉਹਨਾਂ ਦਾ ਇੱਕ ਪਰਲੋ ਤੋਂ ਬਾਅਦ ਜਿਹੜਾ ਸਵਰਗ ਵਾਲਾ ਕੰਸੈਪਟ ਆ ਨਾ ਉੱਥੋਂ ਚੱਲਣਾ ਆ ਜੀ, ਠੀਕ ਹੈ, ਉਹ ਜਿਊਜ਼ ਦਾ ਆ। ਫਿਰ ਜਿਹੜੇ ਕ੍ਰਿਸਚੀਅਨਾਂ ਦਾ ਇਹ ਹੈ ਕਿ ਜਿਹੜੇ ਯੀਸਸ ਨੇ ਉਹ ਉੱਥੇ ਬਰਥ ਆ,
ਯਰੂਸ਼ਲਮ ਸ਼ਹਿਰ ਦੇ ਵਿੱਚ ਬਰਥਨੀ ਆ, ਉਹਦੇ ਨਾਲ ਇੱਕ ਕਸਬਾ ਆ, ਉੱਥੇ ਦਾ ਬਰਥ ਆ ਉਹਨਾਂ ਦਾ। ਫਿਰ ਜਿਹੜਾ ਇਸਲਾਮ ਦੇ ਆਪਾਂ ਪਹਿਲਾਂ ਹੀ ਗੱਲ ਕਰ ਲਈ ਕਿ ਮੁਹੰਮਦ ਸਾਹਿਬ ਦਾ ਮੰਨਿਆ ਜਾਂਦਾ ਕਿ ਜਿਹੜੀ ਤੀਜੀ ਜਿਹੜੀ ਵੱਡੀ ਜਗ੍ਹਾ ਆ ਮੱਕਾ ਮਦੀਨਾ ਤੋਂ ਬਾਅਦ ਉਹ ਯਰੂਸ਼ਲਮ ਆ। ਉੱਥੋਂ ਕਹਿੰਦੇ ਕਿ ਕਿ ਮੁਹੰਮਦ ਸਾਹਿਬ ਉੱਥੋਂ ਸਵਰਗ ਨੂੰ ਇੱਕ ਘੋੜੇ ਤੇ ਬੈਠ ਕੇ ਗਏ ਸੀ ਜੀ, ਜਿਹੜੀਆਂ ਆਪਾਂ ਤਸਵੀਰਾਂ ਵੀ ਦੇਖਦੇ ਹਾਂ ਕਈ ਵਾਰੀ ਲੱਗੀਆਂ ਹੁੰਦੀਆਂ ਹਨ। ਹਾਂਜੀ ਹਾਂਜੀ ਹਾਂ, ਕਾਫੀ ਪੰਜਾਬ ਦੇ ਵਿੱਚ ਮਲੇਰਕੋਟਲੇ ਨੇੜੇ ਕਾਫੀ ਉਹ ਵਿਕਦੀਆਂ ਨੇ। ਹਾਂਜੀ, ਉਹ ਘੋੜੇ ਦੇ ਪਰ ਲੱਗੇ ਹੁੰਦੇ ਸੀ ਨਾ, ਉਹ ਵਾਲੇ, ਉਹ ਮਤਲਬ ਕਿ ਉਹ ਕਹਿੰਦੇ ਕਿ ਉਸ ਘੋੜੇ ਤੇ ਬੈਠ ਕੇ ਗਏ ਸੀਗੇ ਜੀ, ਤੇ ਉਹ ਸਵਰਗ ਵਾਸਤੇ। ਇਸ ਲਈ ਇਹ ਜਿਹੜੀ ਜਗ੍ਹਾ ਉਹ ਤਿੰਨਾਂ ਧਰਮਾਂ ਵਾਸਤੇ ਨਾ ਬਹੁਤ ਇੰਪੋਰਟੈਂਟ ਆ ਜੀ, ਤੇ ਯਰੂਸ਼ਲਮ ਦੁਨੀਆ ਤੇ ਇੱਕ ਧਾਰਮਿਕ ਤੌਰ ਤੇ ਵੀ ਨਜ਼ਰ ਆ, ਦੁਨੀਆ ਦੇ ਵੱਡੇ ਜਿਹੜੇ ਹੈਗੇ ਨੇਗੇ, ਮੈਂ ਕਹਿੰਦਾ ਰਿਲੀਜੀਅਸ ਟੂਰਿਜ਼ਮ ਦੇ ਵਿੱਚ ਸਭ ਤੋਂ ਇੱਕ ਉਹ ਅਹਿਮ ਜਿਹੜਾ ਪਲੇਸ ਆ ਜਿੱਥੇ ਜਾਂਦੇ ਨੇ। 1 ਸਕੁਅਰ ਕਿਲੋਮੀਟਰ ਦਾ ਏਰੀਆ, ਸਿਰਫ 1 ਸਕੁਅਰ ਕਿਲੋਮੀਟਰ ਦਾ, ਉਹ ਜਿਹੜਾ ਆ ਇੱਕ ਤਾਂ ਕ੍ਰਿਸਚਨ ਨੂੰ ਮਿਲਿਆ ਹੋਇਆ ਚੌਥਾ ਹਿੱਸਾ, ਤੇ ਦੂਜਾ ਜਿਹੜਾ ਚੌਥਾ ਹਿੱਸਾ ਉਹ ਵੀ ਕ੍ਰਿਸਚਨਾਂ ਨੂੰ ਮਿਲਿਆ ਹੋਇਆ, ਪਰ ਕ੍ਰਿਸਚਨਾਂ ਦਾ ਇੱਕ ਪਾਰਟ ਅਰਮੇਨੀਅਮ, ਜਿਹੜੇ ਇੱਥੇ ਵੀ ਕਈ ਹੈਗੇ ਨੇ ਜਿਹੜੇ ਉੱਥੋਂ ਆਏ ਹੋਏ ਨੇ, ਅਰਮੇਨੀ ਭਾਸ਼ਾ ਬੋਲਦੇ ਆ ਜਿਹੜੇ, ਠੀਕ ਹੈ ਨਾ, ਉਹਨਾਂ ਨੂੰ ਮਿਲਿਆ ਹੋਇਆ। ਚੌਥਾ ਹਿੱਸਾ ਜਿਊਜ਼ ਕੋਲ ਆ ਤੇ ਚੌਥਾ ਹਿੱਸਾ ਮੁਸਲਮਾਨਾਂ ਕੋਲ ਆ ਜੀ, ਮਤਲਬ ਕਿ ਉਹਦਾ 1 ਸਕੁਅਰ ਕਿਲੋਮੀਟਰ ਆ ਨਾ, ਉਹ ਤੇ ਜਾਣੀ ਕਿ ਦੁਨੀਆ ਦੇ ਵੱਡੇ ਤਿੰਨ ਧਰਮਾਂ ਦਾ ਜਾਣੀ ਕਿ ਮੇਨ ਜਗ੍ਹਾ ਆ। ਇੱਥੇ ਇਹ ਵੀ ਪਤਾ ਲੱਗਦਾ ਲੈਂਡ ਦੀ ਇੰਪੋਰਟੈਂਸ ਕੀ ਆ, ਹੈ ਨਾ। ਬਿਲਕੁਲ, ਉੱਥੇ ਉਹ ਤਾਂ ਲੈਣ ਸਭ ਤੋਂ ਇੰਪੋਰਟੈਂਟ ਆ, ਤਿੰਨ ਧਰਮਾਂ ਯੂ ਵਿੱਚ ਐਂਟਰ ਕਰ ਗਏ ਨੇਗੇ ਤੇ। ਪਰ ਜਿਹੜਾ ਇਹਨਾਂ ਦਾ ਮਸਲਾ ਚੱਲਦਾ ਹੈਗਾ, ਪ੍ਰੋਬਲਮ ਆ, ਉਹ ਹੈਗੀ ਹੈ ਕਿ ਜਦੋਂ ਜਿਊਜ਼ ਨੇ ਓਟੋਮਨ ਅੰਪਾਇਰ ਦੇ ਵਿੱਚ ਆ ਕੇ ਉੱਥੇ ਆਪਣੇ ਘਰ ਖਰੀਦ ਲਏ, ਪਲਾਟ ਲੈ ਲਏ, ਤੇ ਉਸ ਤੋਂ ਬਾਅਦ ਵਿੱਚ ਬ੍ਰਿਟਿਸ਼ ਇੰਟਰਫੇਅਰੈਂਸ ਜਦੋਂ ਸ਼ੁਰੂ ਹੋਈ ਉੱਥੇ, ਕਿਉਂਕਿ ਓਟੋਮਨ ਅੰਪਾਇਰ ਇੰਨਾ ਜਰਜਰ ਹੋ ਗਿਆ ਸੀਗਾ 1830-1850 ਦੇ ਵਿੱਚ ਆਉਂਦਿਆਂ ਕਿ ਉਸਨੂੰ ਕਈ ਵਾਰੀ ਤਾਂ ਜਿਹੜੀਆਂ ਆਪਣੇ ਮੁਲਾਜ਼ਮਾਂ ਨੂੰ ਤਨਖਾਹ ਲੈਣ ਲਈ ਲੋਨ ਲੈਣਾ ਪੈਂਦਾ ਸੀਗਾ ਯੂਰੋਪੀਅਨ ਲੋਕਾਂ ਤੋਂ ਜੀ, ਤੇ ਉਹ ਫਿਰ ਇੰਟਰਫੇਰੈਂਸ ਉੱਥੇ ਆਉਂਦੀ ਆ ਬ੍ਰਿਟਿਸ਼ ਦੀ, ਤੇ ਬ੍ਰਿਟਿਸ਼ ਉਹ ਏਰੀਆ ਲੁੱਕ ਆਫਟਰ ਕਰਨ ਲੱਗ ਗਿਆ ਉਸਦੇ ਇਜ਼ਬ ਦੇ ਵਿੱਚ। ਜਦੋਂ ਵੀ ਉਹਨੂੰ ਲੁੱਕ ਆਫਟਰ ਕਰ ਰਿਹਾ ਸੀ ਤਾਂ ਉਹਨਾਂ ਨੇ ਆਪਣਾ ਮਿਨੀਮਮ ਰਿਸੋਰਸ ਯੂਜ਼ ਕਰਨਾ ਸੀਗਾ, ਕਿਉਂਕਿ ਉੱਥੇ ਕੋਈ ਜ਼ਿਆਦਾ ਗੜਬੜ ਨਾ ਹੋਵੇ, ਮਿਨੀਮਮ ਰਿਸੋਰਸ ਕਰਕੇ ਤੇ ਮੈਕਸੀਮਮ ਆਊਟਪੁੱਟ ਲੈਣ ਲਈ। ਉੱਥੇ ਹਮੇਸ਼ਾ ਪ੍ਰੋਬਲਮ ਰਹਿੰਦੀ ਸੀਗੀ ਜਿਊਜ਼ ਦੀ ਤੇ ਮੁਸਲਿਮਸ ਦੀ ਜੀ, ਤੇ ਉਹਨਾਂ ਨੇ ਫਿਰ ਉਹ ਆਪਣਾ ਜਿਵੇਂ ਕਹਿ ਸਕਦੇ ਹਾਂ ਆਪਾਂ ਕਿ ਸ਼ਾਂਤੀ ਬਹਾਲ ਕਰਨ ਲਈ ਜਿਊਜ਼ ਨੂੰ ਕਿਹਾ ਕਿ ਤੁਸੀਂ ਇਹ ਘਰ ਜਿਹੜੇ ਆ ਇਹ ਖਾਲੀ ਕਰ ਦਿਓ ਤੇ ਯੂਰਪ ਚਲੇ ਜਾਓ ਜੀ। ਉਹ ਉਸ ਜਿਹੜੇ ਏਰੀਆ ਸ਼ੇਖ ਜ਼ਰਾ 1875 ਦੇ ਕਰੀਬ ਦੀ ਗੱਲ ਹੈ, 75 ਵਿੱਚ ਹਾਂਜੀ, ਪਰ ਉਹ ਜਿੰਨੇ ਜਿਊਜ਼ ਸੀਗੇ ਉਹ ਸਾਰੇ ਉੱਥੋਂ ਚਲੇ ਗਏ। ਪਰ ਇੰਪੋਰਟੈਂਟ ਗੱਲ ਇਹ ਹੈ ਕਿ ਕੋਈ ਘਰ ਨਹੀਂ ਵੇਚ ਕੇ ਗਿਆ, ਯਾਨੀ ਉਹਨਾਂ ਨੇ ਕਹਿਤਾ ਵੀ ਅਸੀਂ ਵੇਚਣਾ ਨਹੀਂ ਹੈਗਾ, ਵੇਚਣਾ ਨਹੀਂ ਹੈਗਾ, ਅਸੀਂ ਛੱਡ ਕੇ ਚਲੇ ਜਾਂਦੇ ਹਾਂ, ਛੱਡ ਕੇ ਚਲੇ ਜਾਂਦੇ ਹਾਂ, ਪਰ ਅਸੀਂ ਕਿਸੇ ਨੂੰ ਨਹੀਂ ਵੇਚਣਾ ਹੈਗਾ, ਉਹ ਆਪਣਾ ਜ਼ਿੰਦਾ ਲਾ ਕੇ ਤੇ ਚਲੇ ਗਏ। ਤੇ ਅੱਜ 146 ਸਾਲ ਬਾਦ ਹੁਣ ਉਹ ਜਿਹੜਾ ਕਹਿ ਰਹੇ ਸੀ ਫਿਰ 1920 ਆਉਂਦਾ ਵਿੱਚ, ਸੈਕਿੰਡ ਵਰਲਡ ਵਾਰ ਜਦੋਂ ਟਰਮਨ ਜਿਹੜਾ ਸਾਮਰਾਜ ਆ ਜਦੋਂ ਹੋ ਜਾਂਦਾ, ਹਾਂਜੀ ਸੈਕਿੰਡ ਵਰਲਡ ਵਾਰ ਖਤਮ ਹੋ ਜਾਂਦਾ, ਓਟੋਮਨ ਅੰਪਾਇਰ ਦਾ ਬਿਲਕੁਲ ਖਤਮ ਹੋ ਜਾਂਦਾ ਤੇ ਹੁਣ ਉੱਥੇ ਪੂਰੇ ਤਰੀਕੇ ਨਾਲ ਬ੍ਰਿਟਿਸ਼ ਆ ਜਾਂਦੇ ਆ, ਉਹਨਾਂ ਦੇ ਉੱਪਰ ਕੋਈ ਨਹੀਂ ਹੈਗਾ, ਤੇ ਫਿਰ ਉੱਥੇ ਵਾਪਸੀ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਊਜ਼ ਦੀ। ਫਿਰ ਉਹ ਜਦੋਂ ਹੁਣ ਕਿੰਨਾ ਸਾਲਾਂ ਦਾ ਫਰਕ ਆ, 40-50 ਸਾਲਾਂ ਦੇ, ਉਹ ਉਦੋਂ ਤੋਂ ਹੀ ਕਲੇਮ ਕਰਨਾ ਸ਼ੁਰੂ ਕਰ ਰਹੇ ਆ ਕਿ ਵੀ ਸਾਡੀ ਇਹ ਜਗ੍ਹਾ ਆ, ਸਾਨੂੰ ਵਾਪਸ ਦਿਓ। ਫਿਰ ਉਹ ਸੈਕਿੰਡ ਵਰਲਡ ਵਾਰ ਸਟਾਰਟ ਹੋ ਜਾਂਦਾ, ਉਹਨੂੰ ਨਹੀਂ ਮਿਲਦਾ, ਫਿਰ ਆਖਰ ਉਹ ਪੂਰੇ ਜ਼ੋਰ ਦੇ ਨਾਲ ਜਿਹੜਾ ਕਹਿਣਾ ਜਦੋਂ ਫਿਰ ਜਦੋਂ ਜਰਮਨ ਹਰਦਾ, ਜਰਮਨ ਦੇ ਜਿਹੜਾ ਯਹੂਦੀਆਂ ਜਰਮਨ ਦਾ ਅਲਾਈ ਸੀ ਓਟੋਮਨ ਜੀ, ਉਹ ਜਦੋਂ ਕਹਿ ਸਕਦੇ ਯਹੂਦੀਆਂ ਤੇ ਜਿਹੜਾ ਹੁੰਦਾ ਗਾ, ਤੇ ਫਿਰ ਉਸ ਤੋਂ ਬਾਅਦ ਅਮੈਰੀਕਾ ਫਿਰ ਇੱਕ ਇਜ਼ਰਾਈਲ ਇੱਕ ਨਾਂ ਦੀ ਕੰਟਰੀ ਨੂੰ ਹੋਂਦ ਦੇ ਵਿੱਚ ਲਿਆਉਂਦਾ, ਤਾਂ ਫਿਰ ਵੱਡੀ ਤਾਦਾਦ ਦੇ ਵਿੱਚ ਜਿਹੜੇ ਜਿਊਜ਼ ਨੇ ਉਹ ਦੁਨੀਆ ਭਰ ਤੋਂ 1948 ਦੇ ਵਿੱਚ ਇਸ ਖਿੱਤੇ ਦੇ ਵਿੱਚ ਆ ਕੇ ਵਸਣੇ ਸ਼ੁਰੂ ਹੁੰਦੇ। ਲਗਭਗ ਕੋਈ ਮੰਨਿਆ ਜਾਂਦਾ ਕਿ 70-80 ਹਜ਼ਾਰ ਭਾਰਤ ਤੋਂ ਵੀ ਗਏ ਸੀ ਉਸ ਵਿੱਚ ਜੀ। ਇੰਡੀਆ ਦੇ ਵਿੱਚ ਜੇ ਤੁਸੀਂ ਕੇਰਲਾ ਦਾ ਏਰੀਆ ਨਾ, ਕੇਰਲਾ ਕੋਚੀ ਦੇ ਵਿੱਚ ਇੱਕ ਛੋਟਾ ਜਿਹਾ ਹਜੇ ਵੀ ਹੈਗਾ ਜਿਊਜ਼ ਦਾ ਇਲਾਕਾ, ਹੁਣ ਤਾਂ ਖੈਰ ਉੱਥੇ ਕੋਈ 1-2 ਪਰਿਵਾਰ ਹੀ ਰਹਿੰਦੇ ਆ, ਉਹ ਪੂਰੇ ਦਾ ਪੂਰਾ ਜਿਹੜਾ ਏਰੀਆ ਸੀਗਾ ਉਹ ਜਿਊਜ਼ ਦਾ ਹੀ ਸੀਗਾ ਜੀ। ਤੇ ਜਿਊਜ਼ ਬਹੁਤ ਗਏ ਸਾਰੇ ਦੁਨੀਆ, ਤੁਸੀਂ ਦੇਖੋ ਕਿ ਯੂਰਪ ਦੀਆਂ ਠੰਡੀਆਂ ਹਵਾਵਾਂ ਨੂੰ ਛੱਡ ਕੇ ਤੁਸੀਂ 50 ਡਿਗਰੀ ਟੈਂਪਰੇਚਰ ਵਾਲੇ ਰੇਗਿਸਤਾਨ ਚ ਜਾਣਾ, ਸਿਰਫ ਇਸ ਕਰਕੇ ਕਿ ਸਾਡੇ ਇੱਕ ਨਾ ਤੁਹਾਨੂੰ ਛੋਟੀ ਜਿਹੀ ਕਹਾਣੀ ਸੁਣਾਉਣਾ, ਇਹ 2500 ਸਾਲ ਪੁਰਾਣਾ ਧਰਮ ਆ, ਇਹਨਾਂ ਦਾ ਆਪਣਾ ਜਿਊਜ਼ ਕੈਲੰਡਰ ਆ, ਇਹ ਜਦੋਂ ਵੀ ਨਾ ਨਵਾਂ ਸਾਲ ਆਉਂਦਾ ਸੀਗਾ ਜਿਵੇਂ 31 ਦਸੰਬਰ ਆ, ਉਹਦੀ ਈਵ ਆਉਂਦੀ ਸੀਗੀ, ਤੇ ਇਹਨਾਂ ਵਾਈਨ ਹੱਥ ਵਿੱਚ ਫੜ ਕੇ ਕਹਿੰਦੇ ਸੀਗੇ 2500 ਸਾਲ ਤੋਂ ਕਹਿ ਰਹੇ ਆ ਕਿ ਅਗਲਾ ਸਾਲ ਆਪਾਂ ਇਜ਼ਰਾਈਲ ਚ ਮਨਾਵਾਂਗੇ, ਨੈਕਸਟ ਈਅਰ ਇਨ ਇਜ਼ਰਾਈਲ, ਯਾਨੀ ਕਿ 2500 ਸਾਲ ਤੋਂ ਉਹਨਾਂ ਦਾ ਸੁਪਨਾ ਚੱਲਦਾ, ਯਾਨੀ ਉਹ ਜਿਹੜੀ ਸਪਿਰਟ ਭਰੀ ਗਈ ਹੈ, ਭਰੀ ਗਈ, ਬਿਲਕੁਲ ਉਸ ਨੂੰ ਕੰਟੀਨਿਊ ਕਰਦੇ ਕਰਦੇ ਕਰਦੇ, ਜਿਵੇਂ ਆਪਣੇ ਵੀ ਰਾਜ ਕਰੇਗਾ ਖਾਲਸਾ ਆਪਾਂ ਗੱਲ ਕਹਿੰਦੇ ਆ ਬਾਰ ਬਾਰ, ਹੈ ਨਾ, ਬਿਲਕੁਲ ਜੀ।
फिर वो जी 1948 चक जी 14 मई 1948 चक जी चीन की पूरी हुई आ हुण वो उदों फिर उन्होंने अपना ज़्यादा क्लेम किया भी सानू ये जगह सानू दिती जाए वापस फिर वो कोर्ट में उहदा केस गया कोर्ट ने जी उतों की कोर्ट ने फैसला किया कि हाँ कि डॉक्यूमेंट जिहड़े आ वो ये कह रहे हैं कि ये इन्हां बंदियां दी जगह है इन्हां दे दादे ने लई हुई है जां इहदे किसी बाप ने लई हुई है तुसीं इन्हां नूं वापस कर दिओ ते पर क्योंकि तुसीं बहुत सालों तो इत्थे रह रहे हैं 50-60 साल तो रह रहे हैं असीं इन्नी तुहानूं छूट दे सकदे हां कि तुसीं रेंट पे करना शुरू कर दिओ फिर ਉਹ ਤੋਂ ਵੀ ਮਿਲਦਾ ਜੀ ਮੈਂ ਇਹਦੇ ਨਾਲ ਹੀ ਜੋੜ ਕੇ ਦੇਖਦਾ ਆਪਣੇ ਪੰਜਾਬ ਦੇ ਪਰਪੇਖ ਦੇ ਵਿੱਚ ਵੀ ਆਪਾਂ ਗੱਲ ਕਰਨੀ ਹੋਵੇ ਜੀ ਇਹ ਗੱਲ ਆ ਗਈ 1900 ਕੋਰਟ ਕੇਸ 1948 ਕਦੋਂ ਹੁੰਦਾ ਕਦੋਂ 1958 1875 ਤੋਂ 1958 ਤਕਰੀਬਨ 80 ਸਾਲ ਦੇ ਕਰੀਬ ਵਕਫਾ ਹੋ ਜਾਂਦਾ ਸਾਡੇ ਵੀ ਜਿਹੜਾ ਕਹਿੰਦੇ ਪੰਜਾਬ ਦੇ ਵਿੱਚ ਜਿੰਨੇ ਵੀ ਸਾਡੇ ਸੁਣਨ ਵਾਲੇ ਆ ਉਹ ਲਾਲ ਲਕੀਰ ਦੀ ਗੱਲ ਕਰਦੇ ਆ ਕਿ ਸਾਡੇ ਪਿੰਡਾਂ ਸਾਡੇ ਕਸਬਿਆਂ ਸਾਡੇ ਸ਼ਹਿਰਾਂ ਦੇ ਵਿੱਚ ਲਾਲ ਲਕੀਰ ਦੇ ਅੰਦਰ ਜਿਹੜੀ ਹੈਗੀ ਆ ਕਿ ਉਹ ਵੈਸੇ ਕਾਗਜ਼ ਲਿਖਿਆ ਜਾਂਦਾ ਕਿ ਤੁਸੀਂ ਕਾਗਜ਼ ਲਿਖਤਾ ਕਾਗਜ਼ ਦੇ ਉੱਤੇ ਮੈਂ ਸਾਈਨ ਕਰਤੇ ਵੀ ਮੈਂ ਆਪਣੀ ਜਗ੍ਹਾ ਤੁਹਾਨੂੰ ਦੇ ਰਿਹਾ ਪਰ ਅਸਲ ਦੇ ਵਿੱਚ ਜਦੋਂ ਆਪਾਂ ਉਦਾਂ ਕੌਂਸਲ ਦੇ ਜਾਂ ਰਜਿਸਟਰੀ ਵਾਲੇ ਕਾਗਜ਼ਾਂ ਦੇਖਦੇ ਹਾਂ ਉਹ ਨਾ ਕਿਸੇ ਹੋਰ ਦਾ ਹੀ ਬੋਲ ਰਿਹਾ ਹੁੰਦਾ ਪਿੰਡ ਬਿਲਾਸਪੁਰ ਆ ਅਤੇ ਬੰਦਾ ਜਾਣੀ ਕਹਿ ਸਕਦੇ ਹਾਂ ਕਿ ਉੱਧਰ ਸਾਊਥ ਇੰਡੀਆ ਦੇ ਵਿੱਚ ਰਹਿ ਰਿਹਾ ਠੀਕ ਹੈ ਜੀ ਗੱਲ ਸੋ ਇਸੇ ਰੂਪ ਦੇ ਵਿੱਚ ਜਿਹੜਾ ਕਹਿ ਦੇ ਉੱਥੇ ਮੰਨਿਆ ਗਿਆ ਆਪਣੇ ਫਿਰ ਇੱਕ ਜਿਹੜਾ ਪ੍ਰੋਵੀਜ਼ਨ ਬਣ ਗਈ ਵੀ ਲਾਲ ਲਕੀਰ ਦੇ ਅੰਦਰ ਵੀ ਜਿਹੜਾ ਪਿਛਲੇ 25 ਸਾਲਾਂ ਤੋਂ ਰਹਿ ਰਿਹਾ ਸੋ ਜਿਹੜਾ ਉੱਥੇ ਬਿੱਲ ਭਰ ਰਿਹਾ ਤੋ ਉਹੀ ਉਹਦਾ ਜਿਹੜਾ ਕਿ ਮੰਨਿਆ ਜਾਊਗਾ ਕਿਉਂਕਿ ਇੰਨੀਆਂ ਪੁਰਾਣੀਆਂ ਜਿਹੜੀ ਜਿਹੜੇ ਰਿਕਾਰਡ ਨੇ ਉਹਨਾਂ ਨੂੰ ਮੇਨਟੇਨ ਰੱਖਣਾ ਇਸ ਤਰੀਕੇ ਨਾਲ ਕਰਨਾ ਤਾਂ ਇਹ ਇੱਕ ਜਿੱਦ ਦਾ ਸਵਾਭ ਬਣ ਸਕਦਾ ਸਾਡੇ ਪਿੰਡ 'ਚ ਵੀ ਜਿਹੜੇ ਹੁਣ ਘਰ ਮੇਰਾ ਘਰ ਆ ਜਿਹਨੂੰ ਮੈਂ ਜੱਦੀ ਘਰ ਕਹਿੰਦਾ ਆਪਣਾ ਉਹਨੂੰ ਮੈਂ ਜੱਦੀ ਘਰ ਦੇ ਤੌਰ ਦੇ ਉੱਤੇ ਤਸਵੀਰ ਕਰਦਾ ਅਤੇ ਉਹਦੇ ਵਿੱਚ ਜਿਹੜਾ ਕਿ ਨਾ ਕਿਸੇ ਹੋਰ ਮੱਘਰ ਸਿੰਘ ਹੋਰਾਂ ਦਾ ਵੀ ਬੋਲ ਰਿਹਾ ਅਤੇ ਪਿੰਡ ਦੇ ਵਿਚਾਲੇ ਕੁਝ ਥਾਵਾਂ ਇਹੋ ਜਿਹੀਆਂ ਵੀ ਨੇ ਜਿੱਥੇ ਮੇਰਾ ਨਾਂ ਬੋਲ ਰਿਹਾ ਗਾ ਅਤੇ ਇਹ ਜੇ ਆਪਾਂ ਉਹ ਮੈਨੂੰ ਕੋਈ ਆ ਕੇ ਉੱਠਣ ਨੂੰ ਕਹਿਣਗੇ ਜਾਂ ਮੈਂ ਉਹਨਾਂ ਨੂੰ ਜਾ ਕੇ ਉੱਠਣ ਨੂੰ ਕਹੂੰਗਾ ਤਾਂ ਇਹ ਰੌਲੇ ਦਾ ਸਬੱਬ ਬਣੂੰਗਾ ਅਤੇ ਸਿਰ ਵੀ ਪਾਟਣਗੇ ਖੂਨ ਵੀ ਲਾਲੋ ਲਾਲ ਹੋਊਗਾ ਮੈਨੂੰ ਲੱਗਦਾ ਕਿ ਅੱਜ ਦੇ ਸਮੇਂ ਦੇ ਵਿੱਚ ਵੀ ਇਹੀ ਕੁਛ ਹੋ ਰਿਹਾ ਦੇਖੋ ਇਹਦੇ ਇਹਦਾ ਇੱਕ ਪਹਿਲੂ ਆ ਸਿੱਧਾ ਸਿੱਧਾ ਜਿਹੜਾ ਤੁਸੀਂ ਲਾਲ ਲਕੀਰ ਦੀ ਗੱਲ ਕੀਤੀ ਨਾ ਉਹਦੇ ਵਿੱਚ ਕੋਈ ਵੀ ਰਜਿਸਟਰੀ ਨਹੀਂ ਹੈਗੀ ਜੀ ਠੀਕ ਹੈ ਨਾ ਰਜਿਸਟਰੀ ਮਤਲਬ ਕਿ ਇੱਕ ਬੰਦੇ ਦੇ ਨਾਂ ਤੇ ਫਲਾਨਾ ਪਲਾਟ ਆ ਜਿਹਦੇ ਨਾਰਥ ਦੇ ਵਿੱਚ ਫਲਾਨੇ ਦਾ ਆ ਸਾਊਥ ਦੇ ਵਿੱਚ ਫਲਾਨੇ ਦਾ ਆ ਈਸਟ ਦੇ ਵਿੱਚ ਫਲਾਨੇ ਦਾ ਆ ਵੈਸਟ ਦੇ ਵਿੱਚ ਫਲਾਨੇ ਦਾ ਰਜਿਸਟਰੀ ਦੇ ਵਿੱਚ ਪੂਰਾ ਇਹ ਚੀਜ਼ਾਂ ਲਿਖੀਆਂ ਹੁੰਦੀਆਂ ਤੇ ਕਿੰਨਾ ਸਕੁਅਰ ਮੀਟਰ ਆ ਪਰ ਜਿਹੜੇ ਤੁਸੀਂ ਐਗਜ਼ਾਮਪਲ ਦੇ ਰਹੇ ਹੋ ਉਹਦੇ ਵਿੱਚ ਇਹ ਚੀਜ਼ ਨਹੀਂ ਹੁੰਦੀ ਉਹ ਸਿਰਫ ਪਾਵਰ ਆਫ ਅਟਰਨੀ ਆ ਉਹ ਜਿਹੜਾ ਲਾਲ ਕੀਰ ਦੇ ਵਿੱਚ ਕੋਈ ਤੁਹਾਡਾ ਨਹੀਂ ਨਹੀਂ ਰਜਿਸਟਰੀ ਹੈਗੀ ਆ ਰਜਿਸਟਰੀ ਪਰ ਉਹ ਇੰਨੇ ਟੋਟਿਆਂ ਦੇ ਵਿੱਚ ਹੋ ਗਈ ਬਰੀਕ ਦੇ ਵਿੱਚ ਉਹਦੇ ਕਿਉਂਕਿ ਜਿਹੜੇ ਬੰਦੇ ਅਟਰਨੀ ਆ ਉਹ ਜਿਹੜੇ ਬੰਦੇ ਹੋ ਗਏ ਕਿਉਂਕਿ ਇੱਕ ਪਲਾਟ ਆ ਉਹ ਪਲਾਟ ਜਿਹੜੇ ਜਿਹੜੇ ਕਿਸੇ ਸਮੇਂ ਕਿਹਦੇ ਨਾਮ ਬੋਲਦਾ ਸੀ ਹੁਣ ਤਾਂ ਉਹਦੇ ਪੋਤੇ ਵੀ ਹੋ ਗਏ ਪੜੋਤੇ ਵੀ ਹੋ ਗਏ ਕੁੜੀਆਂ ਵੀ ਵਿਆਹੀਆਂ ਗਈਆਂ ਉਹ ਓਵਰਆਲ ਇੱਕ 20 ਮਰਲਿਆਂ ਦਾ ਪਲਾਟ 20 ਥਾਵਾਂ 'ਤੇ ਵੰਡਿਆ ਗਿਆ ਇਵੇਂ 1875 ਦੇ ਵਿੱਚ ਕਿਸੇ ਦਾ ਉਸ ਥਾਂ ਦੇ ਉੱਤੇ ਪਲਾਟ ਹੋਊਗਾ ਘਰ ਹੋਊਗਾ ਇੱਕ ਕਨਾਲ ਦਾ ਆਪਾਂ ਘਰ ਮੰਨੀਏ ਉਹ ਤੋਂ ਬਾਅਦ ਉਹਦੇ ਪੁੱਤ ਕਿੰਨੇ ਹੋਏ ਉਹਦੀਆਂ ਧੀਆਂ ਕਿੰਨੀਆਂ ਹੋਈਆਂ ਨੇ ਦੋਹਤੇ ਕਿੰਨੇ ਹੋਏ ਪੋਤੇ ਕਿੰਨੇ ਹੋਏ ਤਾਂ ਇਟ ਮੀਨਸ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਇੱਕ ਜਿਹੜੀ ਪਲਾਟ ਦੇ ਇੱਕ ਕਨਾਲ ਜਗ੍ਹਾ ਘਰ ਦੇ ਜਿਹੜੇ ਕਿ ਮਾਲਕ ਉੱਠ ਕੇ ਬਹਿ ਜਾਣਗੇ ਸੋ ਇੰਨਿਆਂ ਨਾਲ ਕਿਵੇਂ ਜਿਹੜਾ ਹੈਗਾ ਕਿ ਟੈਕਲ ਕੀਤਾ ਜਾਊਗਾ ਇੱਕ ਸਵਾਲ ਹੈਗਾ ਦੂਜੇ ਪਾਸੇ ਜਿਹੜੇ ਲੋਕਾਂ ਦਾ ਉਸ ਘਰ ਨੂੰ ਉਹਨਾਂ ਨੇ ਜੱਦੀ ਘਰ ਦੇ ਰੂਪ ਦੇ ਵਿੱਚ ਮਾਣਿਆ ਸਮਝਿਆ ਜਿਹਨਾਂ ਨੂੰ ਹਿਸਟਰੀ ਦੇ ਵਿੱਚ ਸੁਣਿਆ ਆਪਣਾ ਘਰ ਆ ਅਤੇ ਉਹਨੂੰ ਕਿਵੇਂ ਪ੍ਰਵਾਨ ਕਰਨ ਇਹ ਸਵਾਲ ਤਾਂ ਖੈਰ ਸਾਡੇ ਸਾਹਮਣੇ ਖੜਾ ਆਪਾਂ ਠੀਕ ਹੈ ਇਸ ਸਵਾਲ ਨੂੰ ਆਪਾਂ ਇੱਥੇ ਹੀ ਛੱਡਦੇ ਹਾਂ ਇਹ ਮਸਲਾ ਇੱਥੇ ਹੀ ਬਣਿਆ ਹੋਇਆ ਇਹ ਤੋਂ ਬਾਅਦ ਜਿਹੜਾ ਕਿ 1958 ਤੋਂ ਬਾਅਦ ਫਿਰ ਅੱਗੇ ਯਾਤਰਾ ਕਿਵੇਂ ਚੱਲਦੀ ਹੈ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਜਦੋਂ ਰੈਂਟ ਦੇਣ ਦਾ ਕਿਹਾ ਗਿਆ ਨਾ ਜੀ ਉਹ ਰੈਂਟ ਜਿਹੜਾ ਉਹ ਦੇ ਰੈਂਟ ਦੇਣ ਤੋਂ ਵੀ ਇਨਕਾਰੀ ਜੀ ਅਸੀਂ ਰੈਂਟ ਵੀ ਨਹੀਂ ਦੇਣਾ ਤੇ ਹੁਣ ਰੈਂਟ ਨਹੀਂ ਦੇਣਾ ਤੇ ਘਰ ਵੀ ਐਜ਼ ਪਰ ਡਾਕੂਮੈਂਟ ਤੁਹਾਡਾ ਘਰ ਵੀ ਨਾ ਹੋਵੇ ਜੀ ਤੇ ਫਿਰ ਇਹ ਜਿਹੜਾ ਐਕਚੁਅਲੀ ਪ੍ਰੋਬਲਮ ਕੱਲੀ ਇਹ ਹੈਗੀ ਪ੍ਰਾਪਰਟੀ ਦੀ ਧਰਮਾਂ ਦੀ ਨਹੀਂ ਹੈਗੀ ਪਰ ਜਦੋਂ ਧਰਮ ਵੀ ਨਾਲ ਵਿੱਚ ਜੁੜ ਜਾਂਦਾ ਹੈ ਤੇ ਇਹ ਪ੍ਰੋਬਲਮ ਬਹੁਤ ਵੱਡੀ ਹੋ ਜਾਂਦੀ ਆ ਕਿਉਂਕਿ ਫਿਰ ਸਾਡੀ ਆਸਥਾ ਤੇ ਨਾਲ ਸਾਡੀ ਅਣਖ ਦਾ ਮਸਲਾ ਵੀ ਨਾਲ ਬਣ ਜਾਂਦਾ ਬਿਲਕੁਲ ਫਿਰ ਤਾਂ ਹੀ ਤਾਂ ਪੂਰੇ ਦੁਨੀਆ ਭਰ ਦੇ ਵਿੱਚ ਹੁਣ ਇਜ਼ਰਾਈਲ ਹੋਂਦ ਵਿੱਚ ਆ ਗਿਆ 1948 ਦੇ ਵਿੱਚ ਉਹਦੇ ਬਾਵਜੂਦ ਵੀ ਅੱਜ ਵੀ 25 ਤੋਂ ਲੈ ਕੇ 26-27 ਮੁਲਕ ਐਸੇ ਆ ਜਿਹੜੇ ਇਸਲਾਮਿਕ ਮੁਲਕ ਨੇਗੇ ਉਹ ਇਜ਼ਰਾਈਲ ਨੂੰ ਮੰਨਦੇ ਨਹੀਂ ਕਿ ਦੁਨੀਆ ਦੇ ਵਿੱਚ ਕੋਈ ਇਜ਼ਰਾਈਲ ਨਾਂ ਦਾ ਮੁਲਕ ਹੈਗਾ ਆ ਜਿਹੜੇ ਕਿ ਸਾਡੇ ਭਾਰਤ ਦੇ ਨੇੜੇ ਤੇੜੇ ਆ ਪਾਕਿਸਤਾਨ ਆ ਅਫਗਾਨਿਸਤਾਨ ਆ ਬੰਗਲਾਦੇਸ਼ ਆ ਥੱਲੇ ਸਾਡੇ ਛੋਟਾ ਜਿਹਾ ਆਈਲੈਂਡ ਆ ਮਾਲਦੀਵ ਇਹ ਕੰਟਰੀ ਨਹੀਂ ਮੰਨ ਰਹੇ ਕਿ ਇਜ਼ਰਾਈਲ ਨਾਂ ਦਾ ਕੋਈ ਦੁਨੀਆ ਤੇ ਕੰਟਰੀ ਵੀ ਹੈਗਾ ਆ ਪਰ ਹੁਣ ਉਹ ਕਿਉਂਕਿ ਵੱਡੀ ਮਾਤਰਾ ਦੁਨੀਆ ਦੇ ਵਿੱਚ ਮੰਨਿਆ ਜਾਂਦਾ ਕਿ ਉਹ ਇਜ਼ਰਾਈਲ ਹੈ ਪਰ ਹਾਂ ਕੁਛ
ਕੰਟਰੀ ਐਸੀ ਵੀ ਹੈਗੀਆਂ ਕਿ ਜਿਵੇਂ ਕਿਊਬਾ ਵੀ ਨਹੀਂ ਮੰਨਦਾ, ਕਿਊਬਾ ਨੇ ਪਹਿਲਾਂ ਮੰਨਿਆ ਕਿ ਹੈਗਾ, ਪਰ ਜਿਵੇਂ ਤੁਹਾਨੂੰ ਪਤਾ ਨੈਕਸਸ ਬਣ ਜਾਂਦਾ ਦੁਨੀਆ ਲੈਵਲ ਤੇ, ਇੱਕ ਤੁਹਾਡੇ ਆਪਸ ਦੇ ਵਿੱਚ ਆਪਸ ਬਣ ਜਾਂਦਾ, ਵੈਨਜੂਏਲਾ ਵੀ ਨਹੀਂ ਮੰਨਦਾ ਕਿ ਉਹਨੇ ਵੀ ਪਹਿਲਾਂ ਮੰਨਿਆ, ਪਰ ਜਦੋਂ ਫਿਰ ਤੁਹਾਡਾ ਇੱਕ ਧਿਰ ਨਾਲ ਤੁਸੀਂ ਜੁੜ ਜਾਂਦੇ ਤਾਂ ਫਿਰ ਤੁਸੀਂ ਉਹਨੂੰ ਇਨਕਾਰੀ ਕਰਦੇ, ਰਸ਼ੀਅਨ ਬਲੌਕ ਜਿਹੜਾ ਸਾਰਾ ਬਸ। ਹਾਂਜੀ ਅਮਰਿੰਦਰ ਜੀ, ਮੈਂ ਇਹਦੇ ਵਿੱਚ ਇਹ ਸਾਰੀਆਂ ਗੱਲਾਂ ਬਾਤਾਂ ਆਪਣੀਆਂ ਨਾਲ ਹੋ ਰਹੀਆਂ ਨੇ, ਇੱਕ ਮੈਂ ਇਹਦੇ ਨਾਲ ਇੱਕ ਹੋਰ ਜੁੜਦਾ, ਇੱਕ ਨਕਸ਼ਿਆਂ ਦੀ ਬੜੀ ਚਰਚਾ ਹੋ ਰਹੀ ਹੈ। ਹਾਂਜੀ, ਚਾਰ ਨਕਸ਼ੇ ਆਪਾਂ ਨੂੰ ਦਿਖਾਏ ਜਾ ਰਹੇ ਵੀ ਪਹਿਲਾਂ ਇਜ਼ਰਾਈਲ ਦੇ ਇੰਨੇ ਸੀ ਵੀ ਉਹ ਸ਼ਰਿੰਕ ਹੁੰਦੇ ਹੁੰਦੇ ਗਾਜ਼ਾ ਤੇ ਇਜ਼ਰਾਈਲ ਵੱਡਾ ਹੁੰਦਾ ਰਿਹਾ ਤੇ ਫਿਲਸਤੀਨ ਜਿਹੜੇ ਹੈਗੇ ਕਿ ਉਹ ਬਸਤੀਆਂ ਗਾਜ਼ਾ ਤੇ ਵੈਸਟ ਬੈਂਕ ਤੱਕ ਉੱਥੋਂ ਤੱਕ ਜਿਹੜੇ ਕਿ ਸੀਮਿਤ ਰਹਿ ਗਏ, ਉਹ ਕਿਵੇਂ ਹੋਇਆ ਕਿ ਇਹ ਡੰਡੇ ਦੇ ਜ਼ੋਰ ਦੇ ਉੱਤੇ ਹੋਇਆ, ਡਾਂਗ ਨਾਲ ਜਾਣੀ ਕਿ ਕੀਤਾ ਕਿ ਨਾਲ ਹੋਰ ਵੀ ਚੀਜ਼ਾਂ ਜਿਹੜੀ ਕੰਮ ਕਰਦੀਆਂ ਸੀ? 1948 'ਚ ਜਦੋਂ ਬਣ ਗਿਆ, ਸਭ ਤੋਂ ਪਹਿਲਾਂ 6 ਮੁਲਕਾਂ ਨੇ ਇਕੱਠੇ ਹੋ ਕੇ ਟਰਾਈ ਕੀਤਾ ਕਿ ਇਜ਼ਰਾਈਲ ਨੂੰ ਖਤਮ ਕਰ ਦਈਏ। ਜੀ, 6 ਮੁਲਕ ਜੰਗ ਹੋਈ ਤੇ ਮੂੰਹ ਦਿਖਾਣੀ ਪਈ। 6 ਡੇ ਵਾਰ ਕਹਿੰਦੇ ਆ ਉਹਨੂੰ, ਤੇ ਇੱਕ ਟੈਂਕ ਵਾਰ ਹੋਈ ਜਿਹੜੀ ਕਿ ਉਸੇ ਉਹਦੇ ਵਿੱਚ 6 ਮੁਲਕ, ਮਤਲਬ ਕਿ ਜਿਹੜੇ ਸੀਰੀਆ, ਜਾਰਡਨ, ਸਾਊਦੀਆ, ਇਜੀਪਟ, ਉਹਦੀ ਤਸਵੀਰਾਂ ਵੀ ਆਪਾਂ ਦੇਖਦੇ ਹਾਂ, ਰਵਾਇਤੀ ਹਥਿਆਰਾਂ ਸਮੇਤ ਆਏ, ਸਾਰਾ ਕੁਝ ਯਾਨੀ ਕਿ ਆਪਣੇ ਲਕਸ਼ਰ ਲੈ ਕੇ। ਪਰ ਉਸ ਜੰਗ ਤੋਂ ਬਾਅਦ ਕਹਿੰਦੇ ਆ ਕਿ ਇਜੀਪਟ ਵਰਗਾ ਜਿਹੜਾ ਦੇਸ਼, ਜਿਹੜਾ ਨਾਮ ਇੰਨਾ ਪੁਰਾਣਾ ਆ, ਉਹ ਉਹਨਾਂ ਦੀ ਨਾ ਜਿਹੜੀ ਏਅਰਫੋਰਸ ਖਤਮ ਹੋ ਗਈ, ਕਿ ਕਦੇ ਉਹਨਾਂ ਦੀ ਏਅਰਫੋਰਸ ਹੁੰਦੀ ਸੀ ਵਾਲਾ ਕੰਮ ਉਹਨਾਂ ਦਾ ਪਹੁੰਚਾ ਦਿੱਤਾ ਇਜ਼ਰਾਈਲ ਨੇ, ਕਿ 6 ਮੁਲਕ ਇਕੱਠੇ ਹੋ ਕੇ ਵੀ ਉਹਨੂੰ ਹਰਾ ਨਾ ਸਕੇ। ਉਹ ਉਹਨਾਂ ਨੇ ਕੀ ਕੀਤਾ, ਦੇਖੋ ਤੁਸੀਂ ਪਹਿਲਾਂ ਤਾਂ ਕਿਸੇ ਦੇ ਕਬਜ਼ਾ ਕਰਨ ਗਏ, ਜੇ ਤੁਸੀਂ ਕਬਜ਼ਾ ਕਰ ਲੈਂਦੇ ਤਾਂ ਫਿਰ ਤਾਂ ਗੱਲ ਠੀਕ ਸੀਗੀ, ਪਰ ਉਲਟਾ ਹੋ ਗਿਆ, ਉਹਨਾਂ ਨੇ ਕਬਜ਼ਾ ਤੁਹਾਡੇ 'ਤੇ ਕਰ ਲਿਆ, ਤੇ ਉਹ ਹੁਣ ਹੋ ਗਿਆ ਵੀ ਨਹੀਂ ਜੀ ਹੁਣ ਇਹ ਛੱਡਣ, ਉਹਨਾਂ ਨੇ ਫਿਰ ਵੀ ਛੱਡਿਆ। ਜੇ ਤੁਸੀਂ ਨਕਸ਼ਾ ਜਾਣਦੇ ਹੋਵੋਗੇ, ਜਿਹੜਾ ਇਜਿਪਟ ਦਾ ਮਿਡਲ ਈਸਟ ਵਾਲੇ ਪਾਸੇ ਜਿਹੜਾ ਬਹੁਤ ਵੱਡਾ ਹਿੱਸਾ ਹੈ ਇੱਕ, ਉਹ ਸਾਰੇ ਦਾ ਸਾਰਾ ਵੀ ਇਜ਼ਰਾਈਲ ਨੇ ਕਬਜ਼ਾ ਕਰ ਲਿਆ ਸੀਗਾ, ਯਾਨੀ ਕਿ ਜਿਹੜੀ ਸੁਇਜ਼ ਕਨਾਲ ਤੱਕ ਉਹਨਾਂ ਨੇ ਕਬਜ਼ਾ ਕਰ ਲਿਆ ਸੀਗਾ, ਪਰ ਉਹਨਾਂ ਨੇ ਕੀ ਇੰਟਰਨੈਸ਼ਨਲ ਪ੍ਰੈਸ਼ਰ ਦੇ ਕਰਕੇ ਉਹ ਛੱਡਿਆ। ਠੀਕ ਆ, ਕਿਉਂਕਿ ਉਹ ਏਰੀਆ ਉਹਨਾਂ ਨੂੰ ਵੀ ਪਤਾ ਸੀਗਾ ਕਿ ਗਾਜ਼ਾ 'ਤੇ ਵੀ ਕਬਜ਼ਾ ਕਰ ਲਿਆ। ਤੁਸੀਂ ਤਾਂ ਇਹ ਦੇਖੋ ਨਾ, ਕਾਫੀ ਸਾਨੂੰ ਦੇਖਣ ਦੀ ਲੋੜ ਆ ਕਿ ਕੱਲ ਇਜ਼ਰਾਈਲ ਦੇ ਨਾਲ ਇੱਕ ਉਹਨਾਂ ਦੀ ਦੁਸ਼ਮਣੀ ਵੈਸੇ ਵੀ ਹੈਗੀ ਆ, ਇਸੇ ਕਰਕੇ ਤਾਂ ਗਾਜ਼ਾ ਜਿਹੜਾ ਪਹਿਲਾਂ ਇਜਿਪਟ ਨੇ ਕਬਜ਼ਾ ਕਰਕੇ ਰੱਖਿਆ 1967 ਤੱਕ, ਉਦੋਂ ਤਾਂ ਕੋਈ ਨਹੀਂ ਬੋਲਿਆ। ਜਿਹੜਾ ਵੈਸਟ ਬੈਂਕ ਆ ਉਹ ਜਾਰਡਨ ਨੇ ਕਬਜ਼ਾ ਕਰਕੇ ਰੱਖਿਆ, ਉਹ ਕਿਸੇ ਕੋਈ ਨਹੀਂ ਬੋਲਿਆ। ਪਰ ਜਦੋਂ ਇਜ਼ਰਾਈਲ ਨੇ ਕੁਝ ਪ੍ਰੋਫਿਟਾਂ ਕੀਤੀਆਂ ਤੇ ਉਹ ਸਾਰਿਆਂ ਨੂੰ ਯਾਨੀ ਕਿ ਪ੍ਰੋਬਲਮ ਕ੍ਰੀਏਟ ਕਰ ਰਿਹਾ ਹੈ, ਭਾਵ ਕਿ ਇੱਥੇ ਜਿਹੜੀ ਪ੍ਰੋਬਲਮ ਇਜ਼ਰਾਈਲ ਆ ਕਬਜ਼ਾ ਕਰਨਾ ਨਹੀਂ ਹੈਗਾ, ਕਿ ਜਿਹੜੀ ਕਿ ਫਲਸਤੀਨ ਦੇ ਨਾਲ ਜੇ ਕਿਸੇ ਨੂੰ ਕੋਈ ਮੁਹੱਬਤ ਹੋਵੇ ਉਹ ਇੰਨੀ ਜ਼ਿਆਦਾ ਨਹੀਂ ਹੈਗੀ, ਪਰ ਇਜ਼ਰਾਈਲ ਦੇ ਨਾਲ ਪ੍ਰੋਬਲਮ ਜ਼ਿਆਦਾ। ਤੁਹਾਡਾ ਇਹ ਮੰਨਣਾ ਕੁੱਲ ਮਿਲਾ ਕੇ ਤੁਹਾਡੀ ਗੱਲ ਦੇ ਵਿੱਚੋਂ ਕਿ ਇੱਕ ਜਿਹੜੀ ਕੌਮ ਸੀ ਜਾਂ ਕੁਝ ਲੋਕ ਸੀ ਜਿਹੜੇ ਕਿ ਸਦੀਆਂ ਤੋਂ ਛਿੱਤਰ ਵੀ ਖਾਂਦੇ ਆ ਰਹੇ ਸੀ, ਤੇ ਜਿਹੜਾ ਕਹਿ ਸਕਦੇ ਉਹਨਾਂ ਨੇ ਚੈਂਬਰਾਂ ਦੇ ਵਿੱਚ ਆਪਣੀ ਉਹ ਇੱਕ ਨਵੀਂ ਕਿਸਮ ਦੀ ਹੋਰ ਆਤਮ ਕਥਾ ਲਿਖੀ, ਹੈ ਨਾ, ਸੋ ਉਹ ਦਰਦ ਵੀ ਹੰਢਾਇਆ, ਅਤੇ ਉਹ ਤੋਂ ਬਾਅਦ ਉਹਨਾਂ ਨੇ ਇਹਦਾ ਹੱਲ ਤਕੜੇ ਹੋਣਾ ਅਤੇ ਜਿਹੜਾ ਕਹਿ ਸਕਦੇ ਮਿਲਟਰੀ ਪਾਵਰ ਦੇ ਵਿੱਚ ਆਪਣੇ ਸਟਰੋਂਗ ਦੇ ਰੂਪ ਦੇ ਵਿੱਚ ਜਦੋਂ ਕੱਢਿਆ ਅਤੇ ਉਹਦੇ ਜਿਹੜਾ ਹੈ ਕਿ ਉਲਟ ਪ੍ਰਪੇਖ ਦੇ ਵਿੱਚ ਜਿਹੜੀਆਂ ਚੀਜ਼ਾਂ ਜਿਹੜੀਆਂ ਨਿਕਲ ਕੇ ਆਈਆਂ ਅਤੇ ਉਹਨਾਂ ਨੇ ਇਸ ਤਰੀਕੇ ਨਾਲ ਆਪਣੀ ਥਾਂ ਬਣਾਈ, ਅਤੇ ਇਸ ਮੌਕੇ ਹੁਣ ਉਹ ਜਿਹੜਾ ਹੈਗਾ ਕਿ ਉਸ ਦਾਇਰੇ ਦੇ ਵਿੱਚ ਉਹ ਸਿਲਸਿਲਿਆਂ ਦੇ ਵਿੱਚ ਉਸ ਨੂੰ ਸੌਖੇ ਹਜ਼ਮ ਕਰਨਾ ਔਖਾ ਹੋਇਆ ਵਾ। ਬਿਲਕੁਲ, ਨਾਲੇ ਗੱਲ ਇਹ ਨਾ ਕਿ 6 ਦੇਸ਼ਾਂ ਨੇ ਰਲ ਕੇ ਅਟੈਕ ਕੀਤਾ ਨਾ, ਉਹ ਕਿਸੇ ਨੇ ਪੁੱਛਿਆ ਵੀ ਇਹ ਦੇਸ਼ ਜਿੱਤ ਕਿਉਂ ਨਹੀਂ ਪਾਏ, ਕਿ ਯਾਨੀ ਕਿ ਪੈਸੇ ਲਈ ਵੀ ਠੀਕ ਸੀਗੇ, ਉਸ ਤਾੜ ਤੱਕ ਆ ਕੇ ਤੇਲ ਨੂੰ ਚੰਗਾ ਵੇਚ ਦਿੱਤਾ ਸੀਗਾ, ਤੇ ਕਿਉਂ ਨਹੀਂ ਜਿੱਤ ਪਾਏ ਫਿਰ ਵੀ? ਉਹ ਕਹਿੰਦੇ ਕਿ ਜਿਹੜੇ ਇਹ ਕੰਟਰੀ ਸੀ ਇਹ ਜਿੱਤਣ ਵਾਸਤੇ ਗਏ ਸੀਗੇ। ਠੀਕ ਆ, ਇਜ਼ਰਾਈਲ ਦਾ ਤਾਂ ਮਰਨ ਦਾ ਸੀਗਾ ਕਿ ਜੀਵਨ ਤੇ ਮਰਨ ਦਾ, ਕਿ ਜੇ ਅਸੀਂ ਹਾਰ ਗਏ ਤੇ ਸਾਡਾ ਫਿਰ ਉਸ ਤੋਂ ਬਾਅਦ ਜਿਹੜਾ 2500 ਸਾਲ ਬਾਅਦ ਸਾਡਾ ਸੁਪਨਾ ਪੂਰਾ ਹੋਇਆ ਆ ਉਹ ਖਤਮ ਆ, ਤੇ ਉਹ ਉਹਨਾਂ ਨੇ ਉਸ ਸਪਿਰਿਟ ਦੇ ਨਾਲ ਲੜਿਆ, ਜਿਹੜੀ ਉਹ ਸਪਿਰਿਟ ਸੀ ਉਹਨਾਂ ਨੇ ਤਾਂ ਉਦੋਂ ਹੀ ਫਿਰ ਵੈਸਟ ਬੈਂਕ ਤੇ ਕਬਜ਼ਾ ਕਰ ਲਿਆ, ਜਿਹੜੀ ਯਰੂਸਲਮ ਦਾ ਕੁਛ ਏਰੀਆ, ਫਿਰ ਜਿਹੜੀ ਗੋਲੀਅਨ ਹਾਈਟਸ ਆ ਜਿਹੜੀ ਕਿ ਬੜੀ ਹੀ ਇੰਪੋਰਟੈਂਟ ਸੀਗੀ ਸੀਰੀਆ ਦੇ ਕੋਲੇ, ਸੀਰੀਆ ਦਾ ਕਬਜ਼ਾ ਹੁੰਦਾ ਸੀਗਾ ਤੇ ਇਹ ਅਕਸਰ ਉਹ ਬਹੁਤ ਜ਼ਿਆਦਾ ਹਾਈਟ ਸੀਗੀ ਤੇ ਉਹ ਬੜੀਆਂ ਵਧੀਆ ਪੋਜੀਸ਼ਨ ਸੀਗੀਆਂ, ਉਹ ਅਕਸਰ ਗੋਲਾਬਾਰੀ ਕਰ ਦਿੰਦੇ ਹੁੰਦੇ ਸੀਗੇ। ਹੁਣ ਉਹ ਇਸ ਵੇਲੇ ਉਹ ਜਿਹੜੇ ਉਹ ਗੋਲੀਅਨ ਹਾਈਟਸ ਆ ਉਹ ਇਜ਼ਰਾਈਲ ਦਾ ਪਿਕਨਿਕ ਪੁਆਇੰਟ ਆ, ਇਸ ਵੇਲੇ ਉੱਥੇ ਇਜ਼ਰਾਈਲੀ ਬੱਚੇ ਘੁੰਮਣ ਜਾਂਦੇ ਆ, ਜਿਹੜੇ ਯੂਰਪ ਤੋਂ ਜਿਹੜੇ ਜਿਊਜ਼ ਆਉਂਦੇ ਆ ਉੱਥੇ, ਜਾਣੀ ਕਿ ਇੱਕ ਤਰੀਕੇ ਦੇ ਕੈਂਪ ਲੱਗਦੇ ਹੋਏ ਆ, ਇੱਕ ਪੂਰਾ ਮਾਹੌਲ ਚੇਂਜ ਕਰਕੇ ਰੱਖ ਦਿੱਤਾ। ਨਾਲ ਸਾਨੂੰ ਇਹ ਵੀ ਸਮਝਣ ਦੀ ਲੋੜ ਆ ਕਿ ਜਿਹੜੇ ਪੂਰੀ ਦੁਨੀਆ ਦੇ ਇਸਲਾਮੀ ਮੁਲਕ ਆ, ਜਿਵੇਂ ਬੰਗਲਾਦੇਸ਼ ਦੇ ਵਿੱਚ ਵੀ ਯਹੂਦੀਆਂ ਬਾਰੇ ਪੜ੍ਹਾਇਆ ਜਾਂਦਾ ਹੈ ਕਿ ਇਹ ਜਾਣੀ ਕਿ ਇੱਕ ਸ਼ੈਤਾਨ ਦਾ ਵਾਂਗੂ, ਯਾਨੀ ਉਹਨਾਂ ਬਾਬਤ ਇੱਕ ਨਫ਼ਰਤ ਖਾਸ ਤੌਰ ਤੇ ਕੀਤੀ। ਹਾਂ, ਕੱਲ ਬੰਗਲਾਦੇਸ਼ ਨਹੀਂ, ਇਹ ਕਿ ਫਿਰ ਹੋਰ ਜਿੰਨੇ ਮੁਲਕ, ਯਾਨੀ ਕਿ ਇੱਕ ਮੈਂ ਤੁਹਾਨੂੰ ਦੱਸਦਾ, ਇੱਕ ਪਾਕਿਸਤਾਨ ਦੇ ਇੱਕ ਬੜੇ ਹੀ ਮਸ਼ਹੂਰ ਲੀਡਰ, ਉਹ ਕਹਿੰਦੇ ਸੀ ਕਿ ਕਿਲ ਦਾ ਲਾਸਟ ਜੀਵ, ਜਦੋਂ ਤੱਕ ਜੀਵ ਖਤਮ ਨਹੀਂ ਹੋ ਜਾਂਦੇ ਉਹਨਾਂ ਨੂੰ ਮਾਰੋ।
ਅੱਜ ਜਿਹੜਾ ਹਮਾਸ ਦਾ ਜਿਹੜਾ ਲੀਡਰ ਆ ਉਹ ਦੱਸ ਰਿਹਾ ਸੀਗਾ ਕਿ ਜਿਊਜ਼ ਨੂੰ ਮਾਰਨਾ ਕਿਵੇਂ ਆ। ਹੁਣ ਜੇ ਤੁਹਾਡੇ ਕੋਲ ਨਫ਼ਰਤ ਜਿਊਜ਼ ਦੇ ਲਈ ਇੰਨੀ ਜ਼ਿਆਦਾ ਹੋਵੇ, ਤੁਸੀਂ ਦੇਖੋ ਕਿ ਇੰਡੀਆ ਤੇ ਅਟੈਕ ਹੋਇਆ, ਪਾਕਿਸਤਾਨ ਨੇ ਕੀਤਾ 2008 ਦੇ ਵਿੱਚ ਬੰਬੇ ਅਟੈਕ, ਉਹਨਾਂ ਨੇ ਟਾਰਗੇਟ ਕੀਤਾ, ਇੱਕ ਤਾਂ ਕੀਤਾ ਤਾਜ ਹੋਟਲ ਕਿ ਅਮੀਰਾਂ ਨੂੰ ਟਾਰਗੇਟ ਕਰੀਏ ਕਿ ਸਾਡੀ ਗੱਲ ਗਾਹ ਤੱਕ ਜ਼ਿਆਦਾ ਜਾਊਗੀ। ਦੂਜਾ ਕਿਹਨੂੰ ਟਾਰਗੇਟ ਕੀਤਾ? ਜਿਊਜ਼ ਨੂੰ, ਕਿ ਉਹਨਾਂ ਨੇ ਬੰਬੇ ਜਾ ਕੇ ਵੀ ਜਿਊਜ਼ ਨੂੰ ਹੀ ਟਾਰਗੇਟ ਕੀਤਾ। ਮਤਲਬ ਕਿ ਜਿਊਜ਼ ਹਰ ਜਗ੍ਹਾ ਉਹਨਾਂ ਦੇ ਟਾਰਗੇਟ ਤੇ ਨੇ, ਤਾਂ ਫਿਰ ਉਹਨਾਂ ਨੂੰ ਆਪਣਾ ਜੀਵਨ ਲਈ ਜਿਉਣ ਲਈ ਕੁਝ ਸਖ਼ਤ ਕਦਮ ਤਾਂ ਚੁੱਕਣੇ ਪੈਣੇ। ਮੈਨੂੰ ਬਿਲਕੁਲ ਇਸ ਗੱਲ ਦਾ ਅਫਸੋਸ ਆ ਕਿ ਜਿਹੜੇ ਫਲਸਤੀਨੀ ਬੱਚੇ ਜਾਂ ਦੂਜੇ ਜਿਹੜੇ ਇਸ ਵੇਲੇ ਆਪਣੇ ਜੀਵਨ ਤੋਂ ਹੱਥੋਂ ਬੈਠੇ ਆ, ਉਹਨਾਂ ਦੇ ਨਾਲ ਸਾਡੀ ਪੂਰੀ ਹਮਦਰਦੀ ਆ। ਪਰ ਨਹੀਂ, ਇਹਨੂੰ ਇਸ ਰੂਪ ਦੇ ਵਿੱਚ ਜਿਹੜੀ ਕਿ ਦੇਖੋ ਇਹ ਜਸਟੀਫਾਈ ਤਾਂ ਜਿਹੜਾ ਕ੍ਰਾਈਮ ਆ ਜਾਂ ਕ੍ਰਾਈਮ ਨਹੀਂ, ਕ੍ਰਾਈਮ ਇੱਕ ਹੋਰ ਕਿਸਮ ਦੀ ਇੱਕ ਉਹਦੇ 'ਚ ਆ ਜਾਂਦਾ ਹੈਗਾ ਕਿ ਜਿਹੜਾ ਜੰਗ ਦਾ ਜਿਹੜਾ ਰੂਪ ਆ ਜਸਟੀਫਾਈ ਤਾਂ ਕਿਸੇ ਵੀ ਰੂਪ ਨੂੰ ਨਹੀਂ ਕੀਤਾ ਜਾ ਸਕਦਾ। ਨਾ ਉਹ ਇਸਲਾਮਿਕ ਜਿਹੜੀ ਇਹ ਸਪੈਟ ਭਰੀ ਜਾਂਦੀ ਅਸੀਂ ਉਹਨੂੰ ਜਸਟੀਫਾਈ ਕਰ ਸਕਦੇ ਹਾਂ, ਨਾ ਉਹਦੇ ਬਦਲੇ ਦੇ ਵਿੱਚ ਜੋ ਜੇ ਫਲਸਤੀਨ ਕਰ ਰਿਹਾ ਉਹਨੂੰ ਵੀ ਆਪਾਂ ਜਸਟੀਫਾਈ ਨਹੀਂ ਨਾ ਕਰ ਸਕਦੇ, ਇਜ਼ਰਾਈਲ ਕਰ ਰਿਹਾ ਹੈਗਾ। ਤੋ ਇੱਥੇ ਇਹ ਆ ਗਿਆ। ਉਦੋਂ ਬਾਅਦ ਜਿਹੜਾ ਚੱਲਦਾ ਇੱਕ ਵਾਰੀ ਮਤਲਬ ਕੁਛ ਸਮਾਂ ਠੀਕ ਵੀ ਹੋ ਗਿਆ, ਸਾਰਾ ਕੁਛ ਹੋਇਆ, ਇਹ ਦੁਬਾਰਾ ਫਿਰ ਜਿਹੜਾ ਕਿਹਾ ਤੇ ਹੁਣ ਅੱਜ ਦੇ ਆਪਾਂ ਪਰਿਪੇਖ ਦੇ ਵਿੱਚ ਆ ਜਾਈਏ, ਹੁਣ ਇਹ ਕਿਵੇਂ ਜਿਹੜੇ ਕਿ ਫੁੱਟਿਆ ਅਤੇ ਇਹਦੇ ਵਿੱਚੋਂ ਇਹਦੇ ਵਿੱਚ ਕਈ ਸਵਾਲ ਨੇ। ਇੱਕ ਤਾਂ ਇਹ ਮੰਨਿਆ ਜਾ ਰਿਹਾ ਕਿ ਜਿਹੜੇ ਉੱਥੋਂ ਦੇ ਆਪਣੇ ਪ੍ਰਾਈਮ ਮਿਨਿਸਟਰ ਨੇ ਨੇਤਨਯਾਹੂ ਹੋਰਾਂ ਦੀ ਜਿਹੜੀ ਪਾਰਟੀ ਆ ਉਹ ਪਿਛਲੇ 3-4 ਦਫ਼ਾ ਤੋਂ ਜਿਹੜੀ ਹੈਗੀ ਆ ਕਿ ਉਹ ਬਹੁਮਤ ਉਹਨਾਂ ਦੀ ਪਾਰਟੀ, ਕਿਉਂਕਿ ਪ੍ਰਧਾਨ ਮੰਤਰੀ ਕਿ ਉਸ ਹਾਲਤ ਦੇ ਵਿੱਚ ਕੀ ਬਣ ਜਾਂਦਾ ਕਿ ਜਦੋਂ ਕੋਈ ਪਾਰਟੀ ਬਹੁਮਤ ਸਿੱਧ ਨਹੀਂ ਕਰਦੀ ਤਾਂ ਉਹਦੇ ਵਿੱਚ ਜਿਹੜਾ ਪਿਛਲਾ ਪ੍ਰਧਾਨ ਮੰਤਰੀ ਉਹ ਅਗਲੀਆਂ ਚੋਣਾਂ ਤੱਕ ਐਜ਼ ਇਟ ਇਜ਼ ਉਵੇਂ ਹੀ ਰਹਿ ਜਾਂਦਾ, ਘੱਟ ਗਿਣਤੀ ਦੇ ਵਿੱਚ ਵੀ ਹੁੰਦਾ, ਹੈ ਨਾ, ਫਿਰ ਦੁਬਾਰਾ ਚੋਣਾਂ ਹੁੰਦੀਆਂ ਨੇ। ਤਾਂ ਇਹਦੇ ਵਿੱਚ ਜਿਹੜਾ ਕਹਿ ਸਕਦੇ ਕਿ ਉਹ ਜਿਹੜਾ ਇੱਕ ਭਾਰਤ ਦੇ ਪਰਸਪੈਕਟਿਵ ਤੋਂ ਵੀ ਦੇਖਿਆ ਗਿਆ ਸੀ ਕਿ ਇੱਕ ਵਾਰ ਫਿਰ ਨੈਸ਼ਨਲਿਜ਼ਮ ਦੀ, ਕਿਉਂਕਿ ਉਹ ਚਿਣਗ ਬਾਲੀ ਜਾਵੇ, ਇੱਕ ਵਾਰ ਫਿਰ ਧਰੁਵੀਕਰਨ ਕੀਤਾ ਜਾਵੇ, ਇੱਕ ਵਾਰ ਫਿਰ ਉਸ ਕਿਸਮ ਦਾ ਜਿਹੜਾ ਕਿ ਉਹ ਕ੍ਰੀਏਟ ਕੀਤਾ ਜਾਵੇ, ਇਹਨਾਂ ਚੀਜ਼ਾਂ ਨੂੰ ਕਿਵੇਂ ਦੇਖਦੇ ਆ, ਇਹਨਾਂ ਨੂੰ ਕਿਵੇਂ ਦੇਖਿਆ ਜਾਣਾ ਚਾਹੀਦਾ? 3 ਵਾਰ ਇਲੈਕਸ਼ਨ ਹੋਏ, 3 ਵਾਰ ਵਿੱਚ ਜਿਹੜੀ ਉਸ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲ ਸਕਿਆ, ਸਪਸ਼ਟ ਬਹੁਮਤ ਕਿਸੇ ਨੂੰ ਨਹੀਂ ਮਿਲ ਸਕਿਆ। ਪਰ ਹੁਣ ਜੇ ਆਪਾਂ ਇਸੇ ਨੈਸ਼ਨਲਿਜ਼ਮ ਦੇ ਹੀ ਕਨਸੈਪਟ ਨੂੰ ਲੈ ਲਈਏ, ਹਾਂ ਇੱਕ ਥਿਊਰੀ ਆ, ਇੱਕ ਹੈ ਨਾ ਥਿਊਰੀ, ਸੱਚ ਵੀ ਹੋ ਸਕਦੀ ਆ ਨਹੀਂ ਵੀ ਹੋ ਸਕਦੀ ਹੈਗੀ। ਇਹ ਥਿਊਰੀ ਜਿਹੜੀ ਆ ਤੁਸੀਂ ਇੱਕ ਤਰੀਕੇ ਨਾਲ ਰੱਖ ਸਕਦੇ ਹੋ ਜ਼ਰੂਰ, ਕਿਉਂਕਿ ਇਹ ਜਿਹੜਾ ਇਲੈਕਸ਼ਨ ਉਹਦੇ ਹੁਣ ਜਾ ਰਿਹਾ ਉੱਥੇ, ਹੁਣ ਜਿਹੜੀ ਜਿਵੇਂ ਹੁਣ ਕਰੋਨਾ ਦਾ ਜਿੱਦਾਂ ਪੀਰੀਅਡ ਨਿਕਲੂਗਾ, ਪਰ ਹੁਣ ਤਾਂ ਉਹਨੇ ਐਮਰਜੈਂਸੀ ਲਾਤੀ, ਹੁਣ ਮੈਨੂੰ ਲੱਗਦਾ ਕੁਛ ਜ਼ਿਆਦਾ ਟਾਈਮ ਲੈ ਸਕਦੇ ਆ ਨੇਤਨਯਾਹੂ। ਪਰ ਨਾਲ ਇੱਕ ਥਿਊਰੀ ਹੋਰ ਵੀ ਆ ਨਾ ਕਿ ਉਹ ਇਜ਼ਰਾਈਲ ਜਿਹੜਾ ਕਿ ਇਸ ਵੇਲੇ ਇਬਰਾਹਿਮਿਕ ਪੀਸ ਅਕੋਰਡ ਕਰ ਰਿਹਾ ਹੈ UAE ਦੇ ਨਾਲ, ਕਰ ਰਿਹਾ ਬਹਿਰੀਨ ਦੇ ਨਾਲ, ਕਰ ਰਿਹਾ ਮੁਸਲਿਮ ਕੰਟਰੀਜ਼ ਦੇ ਨਾਲ, ਸਾਊਦੀ ਅਰਬ ਨਾਲ ਵੀ ਹੋ ਰਿਹਾ, ਜਿਹੜੇ ਕਿ ਸਾਊਦੀ ਅਰਬ ਦੇ ਨਾਲ ਅੰਦਰ ਖਾਤੇ ਗੱਲ ਹੋ ਗਿਆ। ਸਾਊਦੀ ਅਰਬ ਦੇ ਜਿਹੜੇ ਮੈਂ ਇੱਕ ਰਿਪੋਰਟ ਦੇਖ ਰਿਹਾ ਸੀ, ਉਹ ਕਹਿੰਦੇ ਵੀ ਜਿਹੜਾ ਪ੍ਰਿੰਸ ਬਿਲ ਸਲਮਾਨ, ਜਿਹੜਾ ਸਲਮਾਨ ਉਹਨੇ ਪਹਿਲਾਂ ਆਪਣੇ ਛੋਟੇ ਭਾਈ ਬੰਦਾ ਨੂੰ ਉਹ ਕੀਤਾ ਤਿਆਰ ਵੀ ਫਿਰ ਇੱਕ ਮਾਹੌਲ ਬਣਾਇਆ ਜਾਵੇ। ਉਹਨੇ ਤਾਂ ਕਾਲ ਦਿੱਤੀ ਪਿੱਛੇ ਜੇ ਜਦੋਂ ਉਹਨੂੰ ਪੁੱਛਿਆ ਕਿ ਫਲਸਤੀਨ ਦਾ, ਉਹਨੇ ਕਿਹਾ ਕਿ ਸ਼ਟ ਅਪ ਐਂਡ ਅਸੈਪਟ, ਇਹ ਵਰਡਿੰਗ ਉਹਨੇ ਯੂਜ਼ ਕੀਤੀ ਫਲਸਤੀਨੀ ਆਗੂਆਂ ਨੂੰ ਕਿ ਇਹਨੂੰ ਐਕਸੈਪਟ ਕਰੋ, ਇਹਨੂੰ ਆਪਣਾ ਮੂੰਹ ਬੰਦ ਰੱਖੋ। ਇਹ ਚੀਜ਼ ਜਿਹੜੇ ਕਿ ਸਾਊਦੀ ਅਰੇਬੀਆ ਦਾ ਸਲਮਾਨ ਆ ਉਹਨੇ ਕਹੀ ਹੈ ਇਹ ਗੱਲ। ਫਿਰ ਜਿਹੜੇ ਹੋਰ ਜਿਵੇਂ ਕਿ ਪਾਕਿਸਤਾਨ 'ਚ ਕੋਈ ਲਗਭਗ 6 ਮਹੀਨੇ ਪਹਿਲਾਂ ਬੜਾ ਰੌਲਾ ਪੈ ਗਿਆ, ਕਿਉਂਕਿ ਉਹਨਾਂ ਦੇ 2 ਵੱਡੇ ਪੱਤਰਕਾਰ ਥੋੜ੍ਹੀ ਜਿਹੀ ਗੱਲਬਾਤ ਕਰਨ ਲੱਗ ਗਏ ਕਿ ਜੀ ਸਾਨੂੰ ਫਾਇਦਾ ਹੋਊਗਾ, ਸਾਡੀ ਖੇਤੀ ਨੂੰ ਫਾਇਦਾ ਹੋਊਗਾ, ਸਾਨੂੰ ਅਸੀਂ ਐਡੀ ਦੂਰ ਤਾਂ ਸਾਨੂੰ ਕੋਈ ਨਹੀਂ ਹੈਗਾ ਕੋਈ ਮਤਲਬ, ਹਾਂ ਸਾਡਾ ਫਲਸਤੀਨ ਦੇ ਨਾਲ ਹਮਦਰਦੀ ਹੈਗੀ ਆ, ਪਰ ਸਾਨੂੰ ਉਹਨੂੰ ਮੰਨ ਕੇ ਤੇ ਸਾਨੂੰ ਜੇ ਕੋਈ ਫਾਇਦਾ ਹੁੰਦਾ ਤਾਂ ਫਾਇਦਾ ਲੈ ਲੈਣਾ ਚਾਹੀਦਾ ਸਾਨੂੰ, ਨਾ ਕਿਉਂਕਿ ਖੇਤੀਬਾੜੀ ਵਿੱਚ ਉਹਨਾਂ ਦਾ ਬੜਾ ਨਾਮ ਆ। ਪਰ ਉਹਦੇ ਬਾਵਜੂਦ ਵੀ ਜਾਣੀ ਕਿ ਮੈਨੂੰ ਇਹ ਲੱਗਦਾ ਕਿ ਉਹ ਸਾਰੀ ਜਿਹੜੀ ਪੀਸ ਤੋਂ, ਇੱਕ ਹੋਰ ਮੈਂ ਤੁਹਾਨੂੰ ਗੱਲ ਦੱਸਦਾ ਕਿ ਦੁਨੀਆ ਦੇ ਵਿੱਚ ਸਿਰਫ ਇੱਕ ਐਸਾ ਮੁਸਲਿਮ ਕੰਟਰੀ ਆ ਕਸੋਵੋ, ਵੈਸੇ ਭਾਰਤ ਨੂੰ ਮੰਨਦਾ ਨਹੀਂ ਕੰਟਰੀ, ਇਹ ਵੀ ਗੱਲ ਦੱਸ ਦਿੰਦਾ ਕਿ ਭਾਰਤ ਜੇ ਆਪਾਂ ਐਜ਼ ਅ ਇੰਡੀਆ ਦੇਖੀਏ ਨਾ, ਜੇ ਇੰਡੀਅਨ ਪਾਸਪੋਰਟ ਹੋਲਡਰ ਆ ਤੇ ਉਹਦੇ ਉਹਨਾਂ ਲਈ ਕਸੋਵੋ ਨਾਂ ਦਾ ਕੋਈ ਦੁਨੀਆ ਦੇ ਮੁਲਕ ਨਹੀਂ ਹੈਗਾ, ਪਰ ਦੁਨੀਆ ਦੇ 100 ਤੋਂ ਵੱਧ ਮੁਲਕ ਉਹਨੂੰ ਮੰਨਦੇ ਆ ਕਿ ਇੱਕ ਉਹ ਮੁਲਕ ਹੋ, ਕਿਉਂਕਿ ਇੰਡੀਆ ਜਾਣੀ ਕਿ ਇੱਕ ਵਿਰਾਸਤ ਤੌਰ 'ਤੇ ਰਸ਼ੀਅਨ ਉੱਚ ਰਿਹਾ ਅਤੇ ਰਸ਼ੀਆ ਜਿਹੜਾ ਉਹ ਵੀ ਨਹੀਂ ਮੰਨਦਾ ਕਿ ਕਸੋਵੋ ਕੋਈ ਮੁਲਕ ਆ, ਇਸ ਕਰਕੇ ਅਸੀਂ ਵੀ ਨਹੀਂ ਮੰਨਦੇ ਹੈਗੇ। ਅਤੇ ਉਹ ਕਸੋਵੋ ਮੁਸਲਿਮ ਕੰਟਰੀ ਜਿਹੜਾ ਆ ਉਹਨੇ ਜਿਹੜੀ ਪੀਸ ਅਕੋਰਡ ਹੋਇਆ ਸੀਗਾ ਉਸ ਤੋਂ ਬਾਅਦ ਜਾਣੀ ਕਿ ਮੰਨਿਆ ਕਿ ਜੇਰੂਸਲਮ ਇਜ਼ ਅ ਕੈਪੀਟਲ ਆਫ ਇਜ਼ਰਾਈਲ। ਹੁਣ ਉਹਨੇ ਇਜ਼ਰਾਈਲ ਨੂੰ ਵੀ ਮੰਨ ਲਿਆ ਤੇ ਯਰੂਸਲਮ ਨੂੰ ਵੀ ਮੰਨ ਲਿਆ ਕੈਪੀਟਲ, ਹੁਣ ਇੱਕ ਅਮਰੀਕਾ ਮੰਨਦਾ ਆ ਤੇ ਇੱਕ ਉਹ ਵੀ ਮੰਨਦਾ, ਕੁਛ ਹੋਰ ਮੁਲਕ ਹੈਗੇ ਆ, ਪਰ ਫਸਟ ਮੁਸਲਿਮ ਕੰਟਰੀ ਹੋਊਗਾ ਜਿਹਨੇ ਜਿਹਨੇ ਯਰੂਸਲਮ ਨੂੰ ਵੀ ਮੰਨ ਲਿਆ।
कि भाव है कि जी चीज़ जी चेंज हो रही है दुनिया से, यानी कि एक तरीके की पोलीटिकल चेंज हो रहा है, जोड़ा कि पूरा सनारीओ बदलने वाला हो रहा है कि एक पीस वाल गल जा रही। मैं लगता है उसमें भी तारपिंडो करने के लिए भी ये चीज़ा हो सकती कि ये चीज़ा यानी कि मसला खराब हो थोड़ी जी ब्लड बच्च आए तो जिद करके लोगों का ये चीज़ों घट्टो घट रोकया जाए। तो ये हूँ आप लास्ट के अपनी अज की गलबात वाल पहुंची आप पूरे इतिहासक परिपेख में सीमित समय के हालांकि समा बहुत चाहिए, ये तो कई किताबों के कई डाकूमेंट्रिया निकलता, पर आप मोटा मोटा जो तुम पढ़िया वो आप गलबात की ओवरऑल यदा वर्ल्ड के उत्ते की असर पैन जा रहा है कि एक पास पूरी दुनिया कोविड के नाल लड़ाई लड़ रही है, दूजे पास अरबा के अपने नैक्सस बण बदल रहे हैं, तीजे पास जो कह सकते हैं कि जे अमरीका आर्थिक तौर के उ समर्थ से तो उन्होंने तकनीक के पक्ष तो इजराइल को समर्थ बनाया जिन्होंने कि एक पूरा एक नैक्सस पूरे वर्ल्ड के जो स्थापित किए हथियारों के मामले के हूँ ये जी इस मौके चल रहा, तो ये जो फलस्तीन के आम लोग आ वो पिस रहे हैं पूरी दुनिया के नैक्सस के उन्होंने इस्लामा इस्लामिक जीडिया कंट्रिया ने अमीर कंट्रियां सऊदी अरबिया यूएई उन्होंने अपने इंट्रस्ट ने, तो ये जो कहते अमेरिका इजराइल के अपने इंट्रस्ट ने, पर उस खिते आम लोग जोड़े उत्थे पैदा होंगे है तो किसी का कोई आप कुदरत का एक सिस्टम आ विधि विधान भी कोई कितने भी पैदा हो सकता है ना, जोड़ा उन्होंने बच्चों का उन्होंने कौमों का वो जो कह सकते पिछले दहाकों तो लगातार खून के रूबरू हो रहे हैं, वो किस पासे जो कि जान की संभावना की वो निकलता, जोड़े रोंदियाँ मावं बिल्क के बच्चों की जो आप तस्वीर देखते हैं, हालांकि आप उस भी नहीं करते कि जोड़े सौ सौ कट्ठिया मिजाइल जगह कि वह फलस्तीन वाले पास इजराइल वाले पास जाते हवा के अपना जोड़ा वो यंत्र के नाल रोक देंगे है, पर उस मुल्क रेंदे दोने पास इजराइली भी तो फलस्तीनी भी वो लोग उस उत्पीड़न के निकल रहे हैं, हो सकता नेतन्याहू नूं फुल सरकार बन जाए आने वाले दिनों के, हो सकता जिहड़ा कह सकते हैं कि सलमान बिन रासद जिहड़ा कह सकते हैं कि वह नैक्सस जिहड़े बनाउण लई उन्हां दे विच भी कामयाब किसी हद तक हो जाण जां फेल भी हो सकते हैं, पर उहदे विच उस खिते दा माहौल आ उहनूं भविख दे विच आपां किवें देख सकते हैं। देखो उहनूं भविख विच देखण लई ना सब तो इंपोर्टेंट गल इह है कि जिहड़ा वैसट बैंक आ ना जिहड़ी फलस्तीन जिहड़ी कि होर क्लीयर कर दईए कि जिहड़ा वैसट बैंक आ उत्थे ही फलस्तीन दी सरकार है, ठीक है ना, जदों तक वह गाजा दे विच जिहड़ा कि हमास कि एक टैररिस्ट ऑर्गनाइजेशन आ जब तक उन्हां दा कब्जा नहीं हटदा गाजा तो, क्योंकि वह एक टैररिस्ट ऑर्गनाइजेशन आ जिहड़ी कि टैरर अटैक करती रहिंदी आ दूसरे देश देश उत्ते, जदों तक मैनूं लगदा कि जब तक टैररिज्म नहीं ना खत्म हुंदा उस देश दा जब तक उत्थे ਬਲਕਿ ਪੂਰੀ ਪੀਸ ਨਹੀਂ ਹੋ ਸਕਦੀ। ਉਸ ਟੈਰਰਿਜ਼ਮ ਦੀ ਪਰਿਭਾਸ਼ਾ ਕੀ ਹੈ? ਉਹ ਕਹਿੰਦੇ ਉਹ ਇਜ਼ਰਾਈਲੀ ਟੈਰਰਿਜ਼ਮ ਦੀ ਪਰਿਭਾਸ਼ਾ ਤਾਂ ਇਸ ਵੇਲੇ UN ਵੀ ਡਿਸਾਈਡ ਨਹੀਂ ਕਰ ਪਾਇਆ ਕਿ ਐਕਚੁਅਲ ਕੀ ਹੈ ਉਹਦੀ, ਪਰ ਇੱਕ ਮੋਟੇ ਮੋਟੇ ਤੌਰ 'ਤੇ ਇਹ ਆ ਕਿ ਕਿ ਜਿੱਥੇ ਬਿਨਾਂ ਇਲੈਕਸ਼ਨ ਤੋਂ ਬਿਨਾਂ ਸਮੁੱਚੇ ਅਰਬ ਦੇ ਵਿੱਚ ਉਹਨਾਂ ਨੇ ਕਹਿਣਾ ਨਹੀਂ ਨਹੀਂ ਸ਼ਾਂਤੀ ਤਾਂ ਹੈ ਨਾ, ਸ਼ਾਂਤੀ ਤਾਂ ਹੈ ਨਾ, ਪਰ ਜਿਹੜਾ ਜਿਹੜਾ ਵੈਸਟ ਬੈਂਕ ਵਾਲਾ ਆ ਉੱਥੇ ਵੀ ਇੱਕ ਤਰੀਕੇ ਦੀ ਛੋਟੀ ਮੋਟੀ ਡੈਮੋਕ੍ਰੇਸੀ ਤਾਂ ਹੈਗੀ ਆ ਨਾ, ਜਿਹੜੀ ਇੱਕ ਤਰੀਕੇ ਨਾਲ ਜਿਹੜੇ ਜਿਹੜੇ ਉਹਨਾਂ ਨੂੰ ਲੀਡ ਕਰ ਰਹੇ ਆ ਬੰਦੇ, ਘੱਟੋ ਘੱਟ ਜਿਹੜੇ ਬੰਦੇ ਲੀਡਰ ਆ ਉਹਨਾਂ ਦੇ ਹਮਾਸ ਦੇ ਉਹ ਤਾਂ ਕਹਿਣ ਨਾ ਕਿ ਅਸੀਂ ਪੀਸਫੁਲ ਕਰਨਾ ਚਾਹੁੰਦੇ ਹਾਂ, ਜਦ ਉਹ ਹੀ ਕਹਿਣਗੇ ਕਿ ਜਿਊਜ਼ ਨੂੰ ਮਾਰੋ, ਠੀਕ ਹੈ ਨਾ, ਜਦ ਉਹ ਹੀ ਹਥਿਆਰ ਦੇਣਗੇ ਜਦੋਂ ਉਹਨਾਂ ਦਾ ਇੱਕ ਇੱਕ ਪੂਰੀ ਬੈਲਟ ਚੱਲੂਗੀ ਬੰਦੂਕਾਂ ਦੇਣ ਵਾਲਿਆਂ ਦੀ। ਮੈਂ ਇਹਦੇ ਨਾਲ ਇਹ ਗੱਲ ਇੱਕ ਹੋਰ ਕਰ ਲਾਂ ਵੀ ਡੈਮੋਕ੍ਰੇਸੀ ਨੂੰ ਆਪਾਂ ਅਰਬ 'ਚ ਕਿਵੇਂ ਪ੍ਰਭਾਸ਼ਿਤ ਕਰਦੇ ਹਾਂ, ਕਿਉਂਕਿ ਵੈਸਟਰਨ ਵਰਲਡ ਨੇ ਉੱਥੋਂ ਤਾਂ ਲੋਕ ਕਬੀਲਿਆਂ 'ਚੋਂ ਕੱਢ ਕੱਢ ਆਪ ਰਾਜੇ ਬਣਾਏ, ਕੋਈ ਬਣਦਾ ਨਹੀਂ ਸੀ, ਕੋਈ ਦੁਬਈ ਦਾ ਬਣਾਤਾ, ਕੋਈ ਸਾਊਦੀ ਅਰਬੀਆ ਬਣਾਤਾ, ਜਿਵੇਂ ਆਪਾਂ ਬਿਹਾਇੰਡ ਦਾ ਕੈਮਰਾ ਆਪਾਂ ਗੱਲ ਕਰ ਰਹੇ ਸੀ ਉਹਦਾ ਇੱਕ ਜਿਹੜਾ ਸੌਦ ਨਾਂ ਦੇ ਬੰਦੇ ਦੇ ਉੱਤੇ ਹੀ ਸਾਰਾ ਉਹ ਕਬੀਲੇ ਨੂੰ ਉਹ ਕਰ ਲਿਆ, ਉਹ ਤਾਂ ਲੋਕ ਆਪਣੇ ਬੈਠੇ ਦੀ ਦੂਰ ਕੋਈ ਊਠ ਚਾਰ ਰਿਹਾ ਸੀ, ਕੋਈ ਬੱਕਰੀਆਂ ਚਾਰ ਰਿਹਾ ਸੀ, ਅਤੇ ਉਹਨਾਂ ਨੂੰ ਲਿਆ ਕੇ ਰਾਜੇ ਬਣਾਏ ਗਏ, ਉਹ ਕੱਢਿਆ ਗਿਆ ਉਹਨਾਂ ਦਾ, ਜਿਵੇਂ ਨਹੀਂ ਆਪਾਂ ਕਹਿੰਦੇ ਹਾਂ ਵੀ ਆਪਾਂ ਜਿਹੜਾ ਹਰਿਦੁਆਰ ਤੋਂ ਆਪਣਾ ਕੱਢ ਕੇ ਲਿਆਉਂਦੇ ਹਾਂ ਵੀ ਤੁਹਾਡਾ ਪੁਰਾਣਾ ਜਿਹੜਾ ਪਰਿਵਾਰਕ ਜਿਹੜਾ ਟ੍ਰੀ ਕੀ ਹੈਗਾ, ਅਤੇ ਉਸ ਤਰੀਕੇ ਨਾਲ ਟ੍ਰੀ ਬਣਾ ਕੇ ਗੋਰਿਆਂ ਨੇ ਆਪ ਪਛਾਣ ਪਛਾਣ ਉਹਨੂੰ ਗੱਦੀਆਂ 'ਤੇ ਬਿਠਾਇਆ, ਅਤੇ ਫਿਰ ਉੱਥੇ ਡੈਮੋਕ੍ਰੇਸੀ ਨੂੰ ਆਪਾਂ ਕਿਸ ਰੂਪ ਦੇ ਵਿੱਚ ਦੇਖ ਸਕਦੇ ਹਾਂ, ਆਧੁਨਿਕ ਰੂਪ ਦੇ ਵਿੱਚ ਜਿਹੜਾ ਇਹ ਡੈਮੋਕ੍ਰੇਸੀ ਦਾ ਐਡਾ ਰੁਦਨ ਹੋ ਰਿਹਾ ਇਸ ਤਰੀਕੇ ਨਾਲ ਹੋ ਰਿਹਾ, ਪਰ ਅਰਬ ਦੀ ਅਤੇ ਜਾਂ ਉਸ ਖਿੱਤੇ ਦੀ ਡੈਮੋਕ੍ਰੇਸੀ ਬਣ ਸਕਦੀ ਸੀ, ਬਣਾਈ ਜਾ ਸਕਦੀ ਸੀ, ਅਤੇ ਉੱਥੇ ਤਾਂ ਰਾਜਸ਼ਾਹੀ ਆਪ ਸਥਾਪਿਤ ਕੀਤੀ ਗਈ ਆ।
ਬਿਲਕੁਲ ਡਿਵੀਜ਼ਨ ਔਰ ਇੰਨਾ ਵੱਡਾ ਓਟੋਮਨ ਅੰਪਾਇਰ ਸਿੱਟਿਆ ਜਿਹੜਾ ਕਿ ਤਿੰਨ ਕੰਟੀਨੈਂਟਸ ਦੇ ਵਿੱਚ ਸੀਗਾ, ਮਿਡਲ ਈਸਟ, ਯੂਰਪ ਦਾ ਹਿੱਸਾ ਅਤੇ ਥੱਲੇ ਜਿਹੜਾ ਉੱਤਰੀ ਅਫਰੀਕਾ, ਇਹਨਾਂ ਐਡਾ ਵੱਡਾ ਜਿਹੜਾ ਜਦੋਂ ਡਿੱਗਣਾ ਤਾਂ ਕਿਸੇ ਨੂੰ ਤਾਂ ਉਹਨੇ ਸੱਤਾ ਸੌਂਪ ਕੇ ਹੀ ਜਾਣੀ ਹੈ ਨਾ, ਸੱਤਾ ਬਿਨਾਂ ਸੌਂਪਿਆ ਤਾਂ ਜਾ ਨਹੀਂ ਸਕਦੇ, ਡੈਮੋਕਰੇਸੀ ਵਾਲੇ ਪਾਸੇ ਨਹੀਂ ਗਈ, ਉਸ ਪਾਸੇ ਡਿੱਗਿਆ ਉਹ, ਕਿਉਂਕਿ ਤੁਸੀਂ ਦੇਖੋ ਕਿ ਉਹ ਜਿਹੜੇ ਕਹਿੰਦੇ ਨੇ ਕਿ ਜਿਹੜੇ ਲੀਡਰ ਹੁੰਦੇ ਆ ਨਾ ਕਿਸੇ ਵੀ ਦੇਸ਼ ਦੇ, ਉਹ ਜਿੱਦਾਂ ਦੇ ਲੋਕ ਹੁੰਦੇ ਉੱਦਾਂ ਦੇ ਹੀ ਉਹਨਾਂ 'ਤੇ ਨਾਜ਼ਰ ਕੀਤੇ ਜਾਂਦੇ ਆ, ਮਤਲਬ ਕਿ ਉਹਨਾਂ ਦੇ ਆਪਣੇ ਹੀ ਵਿੱਚੋਂ ਹੁੰਦੇ ਆ ਅਤੇ ਉਹ ਆਪਣੇ ਵਰਗੇ ਹੀ ਉਹਨਾਂ ਦੇ ਹੁੰਦੇ ਆ ਅਤੇ ਉਹਨਾਂ 'ਤੇ ਕੋਈ ਜਿਹੜੇ ਐਕਸਟਰਾਆਰਡੀਨਰੀ ਲੀਡਰ ਨਹੀਂ ਮਿਲ ਸਕਦਾ, ਕਿਉਂਕਿ ਤੁਸੀਂ ਵੀ ਇੱਕ ਸਮਾਜ ਐਕਸਟਰਾਆਰਡੀਨਰੀ ਨਹੀਂ ਹੈਗਾ, ਉਹ ਸਮਾਜ ਹੀ ਟ੍ਰਾਈਬਲ ਸੀਗਾ ਅਤੇ ਉਹਨਾਂ ਟ੍ਰਾਈਬਲਾਂ 'ਚੋਂ ਕੱਢ ਕੇ ਉਹਨਾਂ ਨੇ ਲਿਆ ਕੇ ਕੋਈ ਛੋਟੀ ਛੋਟੀਆਂ ਪੋਕਟਾਂ ਬਣਾ ਦਿੱਤੀਆਂ, ਉਹਨਾਂ ਨੂੰ ਪਤਾ ਲੱਗ ਗਿਆ ਕਿ ਇੱਥੇ ਹੁਣ ਤੇਲ ਹੈਗਾ ਆ, ਤੇਲ ਜਿਹੜੀ ਆ ਬੜੀ ਇੰਪੋਰਟੈਂਟ ਚੀਜ਼ ਆ, ਅਤੇ ਉਹ ਐਸੇ ਬੰਦੇ ਬਿਠਾ ਦਿੱਤੇ ਪੱਕੇ ਕਿ ਜਿਹੜੇ ਕਿ ਤੁਸੀਂ ਸਾਡੇ ਨਾਲ ਗੱਲ ਬਣਾ ਕੇ ਰੱਖਣੀ ਆ, ਕਿ ਉਹਨਾਂ ਨੂੰ ਐਂ ਲੱਗਦਾ ਕਿ ਜਦ ਤੱਕ ਅਸੀਂ ਯੂ ਐਸ ਦੇ ਨਾਲ ਆਪਣੀ ਜਿਹੜਾ ਗੱਠਜੋੜ ਨਹੀਂ ਰੱਖਿਆ ਅਤੇ ਸਾਡੀ ਜਿਹੜੀ ਆ ਇੰਪੋਰਟੈਂਸ ਖਤਮ ਹੋ ਜਾਣੀ ਹੈ ਦੁਨੀਆ ਦੇ ਵਿੱਚ, ਕੋਈ ਸਾਨੂੰ ਕੋਈ ਐਜ਼ ਆ ਰਾਜਾ ਤਸਲੀਮ ਵੀ ਤਾਂ ਕਰੇ ਨਾ, ਕੋਈ ਜਦ ਤੱਕ ਕੋਈ ਜਿਵੇਂ ਹੁਣ ਇਜ਼ਰਾਈਲ ਨੂੰ ਕੋਈ ਤਸਲੀਮ ਨਾ ਕਰੂਗਾ, ਉਹਦੀ ਆਪਣੀ ਇੱਕ ਹੁਣ ਪ੍ਰੋਬਲਮ ਆ ਕਿ ਕੋਈ ਸਾਨੂੰ ਤਸਲੀਮ ਨਹੀਂ ਕਰ ਰਿਹਾ ਹੈਗਾ, ਇਸ ਕਰਕੇ ਤਸਲੀਮ ਕਰਨ ਦੀ ਬਹੁਤ ਇੰਪੋਰਟੈਂਟ ਚੀਜ਼ ਆ, ਅਤੇ ਉਹ ਜਿੰਨੇ ਵੀ ਦੇਸ਼ ਨੇ ਇਸੇ ਕਰਕੇ ਇੱਕ ਰੀਜ਼ਨ ਹੈ ਕਿ ਡੈਮੋਕ੍ਰੇਸੀ ਨਹੀਂ, ਪਰ ਤੁਰਕੀ ਦੇ ਵਿੱਚ ਹੈਗੀ ਆ, ਤੁਰਕੀ ਵੀ ਆਟੋਮੈਨ ਪਰ ਉਹ ਵੀ ਖੈਰ ਹੋਰ ਪਾਸੇ ਹੁਣ ਟਿਲਟ ਹੁੰਦਾ ਜਾ ਰਿਹਾ ਹੈਗਾ, ਸੋ ਪਤਾ ਨਹੀਂ ਉਹ ਕਿਹੜੇ ਪਾਸੇ ਜਾਣਾ ਹੈਗਾ। ਸੋ ਅਮਰਿੰਦਰ ਜੀ ਤੁਹਾਡਾ ਖਾਸ ਤੌਰ 'ਤੇ ਧੰਨਵਾਦ, ਤੁਸੀਂ ਕੀਮਤੀ ਸਮੇਂ 'ਚੋਂ ਸਮਾਂ ਕੱਢਿਆ ਅਤੇ ਨਾਲ ਦੀ ਨਾਲ ਦਰਸ਼ਕਾਂ ਦੀ ਸਨਮੁਖ ਵੀ ਗੱਲ ਕਰੀਏ ਕਿ ਦਰਅਸਲ ਇਹ ਸਾਰੇ ਸਿਲਸਿਲੇ ਪਿੱਛੇ ਖੂਨ ਕਿਤੇ ਵੀ ਵਹਿੰਦਾ ਉਹਦੇ ਪਿੱਛੇ ਸਿਆਸਤ ਆ, ਉਹਦੇ ਪਿੱਛੇ ਮੁਨਾਫੇ ਨੇ, ਉਹ ਮੁਨਾਫੇ ਲੰਡਨ ਦੀਆਂ ਉੱਚੀਆਂ ਇਮਾਰਤਾਂ ਦੇ ਵਿੱਚ ਬੈਠ ਕੇ ਤੈਅ ਕੀਤੇ ਜਾਣ, ਚਾਹੇ ਉਹ ਨਿਊਯਾਰਕ ਦੇ ਟਾਵਰਾਂ ਦੇ ਵਿੱਚ ਤੈਅ ਹੋਣ ਅਤੇ ਚਾਹੇ ਕਿਸੇ ਦੁਨੀਆ ਦੇ ਹੋਰ ਹਿੱਸੇ ਦੇ ਵਿੱਚ, ਚਾਹੇ ਉਹ ਜਿਹੜਾ ਸਾਊਦੀ ਅਰਬੀਆ ਦੇ ਜਿਹੜੇ ਮਹਿਲਾਂ ਦੇ ਵਿੱਚ ਜੋ ਮੁਨਾਫੇ ਦੀ ਗੱਲਬਾਤ ਹੋਵੇ ਤਾਂ ਉਹਦੇ ਵਿੱਚੋਂ ਹੀ ਖੂਨ ਦੀ ਗੱਲਬਾਤ ਵੀ ਹੁੰਦੀ ਆ। ਸੋ ਇਹਦੀ ਕੀਮਤ ਆਮ ਲੋਕਾਂ ਨੂੰ ਦੇਣੀ ਪੈਂਦੀ ਹੈ। ਇਤਿਹਾਸਿਕ ਪਰਿਪੇਖ ਦੇ ਵਿੱਚ ਜੇਕਰ ਅਸੀਂ ਦੇਖੀਏ ਤਾਂ ਬਹੁਤ ਸਾਰੀਆਂ ਚੀਜ਼ਾਂ ਪਈਆਂ ਨੇ। ਸੋ ਦਰਦ ਜਿਹੜਾ ਹੈਗਾ ਕਿ ਉਹ ਯਹੂਦੀਆਂ ਨੇ ਵੀ ਘੱਟ ਨਹੀਂ ਹੰਢਾਇਆ, ਅਤੇ ਦਰਦ ਇਸ ਮੌਕੇ ਫਲਸਤੀਨੀ ਵੀ ਘੱਟ ਨਹੀਂ ਹੰਢਾ ਰਹੇ, ਖੂਨ ਦੋਨੇ ਪਾਸੇ ਡੁੱਲ ਰਿਹਾ ਗਾ, ਪਰ ਇਹਦੇ ਵਿੱਚੋਂ ਮੁਨਾਫਾ ਅਲਟੀਮੇਟ ਕੁਛ ਖਾਸ ਲੋਕਾਂ ਨੂੰ ਹੋ ਰਿਹਾ। ਉਸ ਮੁਨਾਫੇ ਦੀ ਗੱਲ ਚੱਲਣੀ ਚਾਹੀਦੀ ਆ, ਉਸ ਮੁਨਾਫੇ ਉੱਤੇ ਸਵਾਲ ਹੋਣੇ ਚਾਹੀਦੇ ਆ, ਫਿਰ ਉਹਨਾਂ ਦੇ ਵਿੱਚੋਂ ਹੀ ਜਿਹੜੇ ਕਿ ਸਵਾਲ ਹੋਣਗੇ। ਸੋ ਇਹ ਅੱਜ ਦੇ ਦੌਰ ਦੇ ਵਿੱਚ ਸਾਡੀ ਖਾਸ ਤੌਰ ਦੇ ਉੱਤੇ ਜਿਹੜੇ ਵੀ ਲੋਕ ਆਪਣੀ ਜ਼ਿੰਦਗੀ ਜਿਉਣਾ ਚਾਹੁੰਦੇ ਨੇ, ਇੱਕ ਚੰਗਾ ਜੀਵਨ ਭਾਲਦੇ ਨੇ, ਜਦੋਂ ਉਸ ਜੀਵਨ ਦੀ ਭਾਲ ਦੇ ਵਿੱਚ ਉਹਨਾਂ ਨੂੰ ਬਦਲੇ ਦੇ ਵਿੱਚ ਮੌਤ ਮਿਲਦੀ ਆ, ਤਾਂ ਸਾਡੀ ਜਿਹੜੀ ਸਿੰਪਥੀ, ਸਾਡਾ ਜਿਹੜੀ ਸਦਭਾਵਨਾ ਉਹਨਾਂ ਦੇ ਨਾਲ ਹੈਗੀ ਆ। ਅਤੇ ਨਾਲ ਦੀ ਨਾਲ ਇਹ ਹੈ ਕਿ ਲੋੜ ਆ ਗਈ ਇਸ ਮੌਕੇ ਕੱਟੜਤਾ ਦੇ ਵਿੱਚੋਂ ਨਿਕਲ ਦਿਓ, ਕੱਟੜਤਾ ਕਿਸੇ ਵੀ ਕਿਸਮ ਦੀ ਹੋਵੇ ਉਹ ਖਤਰਨਾਕ ਆ, ਉਹ ਸਾਡਾ ਸਾਰਿਆਂ ਦਾ ਨੁਕਸਾਨ ਕਰਦੀ ਹੈ, ਅਤੇ ਇਹੀ ਨੁਕਸਾਨ ਇਸ ਮੌਕੇ ਮਿਡਲ ਈਸਟ ਦਾ ਉਹ ਖਿੱਤਾ ਵੀ ਜਿਹੜਾ ਕਿ ਉਠਾ ਰਿਹਾ। ਸੋ ਇਹਨਾਂ ਸ਼ਬਦਾਂ ਨਾਲ ਹੀ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਧੰਨਵਾਦ, ਅਤੇ ਤੁਸੀਂ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਸਾਡੀ ਗੱਲਬਾਤ ਸੁਣੀ, ਅਤੇ ਅੱਗੇ ਵੀ ਜਿਹੀਆਂ ਗੱਲਾਂ ਬਾਤਾਂ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਇੱਕ ਵਾਰੀ ਫਿਰ ਮਹਿੰਦਰ ਜੀ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ ਜੀ।